ਸ਼ੀ ਵਾਸ ਅਬਾਊਟ ਟੂ ਸਲੈਪ ਹਰ ਡਾਟਰ ਬਟ ਉਹ ਬੱਚੇ ਦਾ ਤੇ ਕੋਈ ਕਸੂਰ ਹੀ ਨਹੀਂ ਸੀ ਕਿਉਂਕਿ ਡਿਜ਼ਾਈਨਰ ਨੇ ਹੀ ਉਹਨੂੰ ਐਂਚ ਕੀਤਾ ਸੀ ਬਟ ਅੱਛਾ ਨਹੀਂ ਲੱਗਦਾ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਦੇ ਉੱਤੇ ਛੀਟਾ ਕਸ਼ੀ ਕਰਦਾ ਹੈ ਤੁਸੀਂ ਸਿੱਖਿਆ ਵੀ ਹੁੰਦਾ ਕਿਤੇ ਕੰਮ ਤੁਸੀਂ ਦੱਸਦੇ ਨਹੀਂ ਹੋ ਕਲਾਸਾਂ ਲੈਣ ਤੋਂ ਸਾਲ ਸਾਲ ਬਾਅਦ ਵੀ ਆ ਕੇ ਕਹਿੰਦੇ ਨੇ ਕਿ ਭਾਈ ਸਾਨੂੰ ਤੇ ਕੁਝ ਆਇਆ ਨਹੀਂ ਸੈਲਿਬ੍ਰਿਟੀ ਦੀ ਈਗੋ ਔਰ ਕਿਸੇ ਆਰਟਿਸਟ ਦਾ ਸੈਲਫ ਰਿਸਪੈਕਟ ਕਲੈਸ਼ ਕਰਦੀ ਹੈ ਤੇ ਜ਼ਰੂਰ ਪ੍ਰੋਬਲਮ ਆਉਂਦੀ ਹੈ ਜੇ ਕਿਤੇ ਤੁਹਾਡਾ ਹੇਅਰ ਡਰੈਸਰ ਤੁਹਾਨੂੰ ਡਿਚ ਕਰ ਜਾਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਤਨ ਤੁਹਾਡੀ ਹੋਸਟ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਸਾਡੇ ਸ਼ੋਅ ਲਾਊਡ ਬੀਟ ਸੋਸ਼ਲ ਦੇ ਵਿੱਚ ਅੱਜ ਦੇ ਸਾਡੇ ਗੈਸਟ ਨੇ ਮੇਕਅਪ ਆਰਟਿਸਟ ਕਾਮਨਾ ਸ਼ਰਮਾ ਜੀ ਅੰਮ੍ਰਿਤਸਰ ਦੇ ਟੌਪ ਮੇਕਅਪ ਆਰਟਿਸਟ ਵਿੱਚੋਂ ਇੱਕ ਨੇ ਸੋ ਆਓ ਅਸੀਂ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੇ ਹੁਣ ਤੱਕ ਦੇ ਕੈਰੀਅਰ ਬਾਰੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਰਤਨ थोड़ा बहुत स्वागत है साढ़े शो में थैंक यू सो मच एंड थैंक यू लाउड बीट सोशल का भी तो मैम असी सब तो पहला मेरा क्वेश्चन ये है कि तीन किए चूज़ किया कि तीस कि मेकअप आर्टिस्ट ही बनना है ऑनेस्टली रतन चूज़ मैं नहीं किया कि मैं मेकअप आर्टिस्ट ही बनना इनिशियली मैं टीचर सी बाय प्रोफेसन ਬਟ ਜਦੋਂ ਮੈਂ ਟੀਚਿੰਗ ਕਰਨ ਜਾਂਦੀ ਸੀ ਤੇ ਉਦੋਂ ਵੀ ਇਹੀ ਹੁੰਦਾ ਸੀ ਮੇਰੇ ਨਾਲ ਕਿ ਮੈਂ ਜੇ ਕੋਈ ਫੰਕਸ਼ਨਸ ਹੋਣੇ ਮੈਂ ਸਾਰਿਆਂ ਦੀ ਜ਼ਿੰਮੇਵਾਰੀ ਚੁੱਕ ਲੈਣੀ ਵੀ ਮੈਂ ਸਾਰਿਆਂ ਨੂੰ ਮੈਂ ਹੀ ਤਿਆਰ ਕਰੂੰਗੀ ਐਂਡ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਮੈਨੂੰ ਲੱਗਾ ਕਿ ਮੇਰਾ ਪੈਸ਼ਨ ਜਿਹੜਾ ਮੇਕਅਪ ਲਈ ਹੈ ਉਹ ਪ੍ਰੋਮਿਨੈਂਟ ਹੁੰਦਾ ਜਾ ਰਿਹਾ ਔਰ ਬਾਕੀ ਜਿਹੜਾ ਟੀਚਿੰਗ ਹੈ ਉਹ ਡੋਮਿਨੈਂਟ ਹੁੰਦਾ ਜਾ ਰਿਹਾ ਸੋ ਦੈਨ ਆਈ ਥॉट ਆਈ ਸ਼ੁੱਡ ਸਟਾਪ ਐਂਡ ਮੂਵ ਔਨ ਟੂ ਬੰਬੇ ओके ਤੇ ਫਿਰ ਤੁਸੀਂ ਕਿੱਦਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਮੈਮ ਬਟ ਫਿਰ ਇਹ ਹੋਇਆ ਵੀ ਸਮੁੰਦਰ 'ਚ ਜਦੋਂ ਅਸੀਂ ਚਲੇ ਗਏ ਬੰਬੇ ਹਾਂਜੀ ਤੇ ਮੇਕਅਪ ਆਰਟਿਸਟ ਦਾ ਪੈਸ਼ਨ ਕਿਤੇ ਦੂਰ ਰਹਿ ਗਿਆ ਆਈ ਹੈਵ ਸਟਾਰਟਡ ਮਾਈ ਕੈਰੀਅਰ ਵਿਦ ਹੈਅਰ ਸੋ ਮੈਂ ਲੌਰੀਅਲ ਅਕੈਡਮੀ ਤੋਂ ਹੈਅਰ ਮਾਸਟਰ ਟ੍ਰੇਨਰ ਦਾ ਕੋਰਸ ਕੀਤਾ ਦੈਨ ਆਈ ਮੂਵ ਔਨ ਦਿੱਲੀ ਦਿੱਲੀ ਤੋਂ ਮੈਂ ਫਿਰ ਪਿਵਟ ਪੁਆਇੰਟ ਤੋਂ ਹੈਅਰ ਚ ਮਾਸਟਰੀ ਕੀਤੀ ਦੈਨ ਆਈ ਵਾਸ ਅ ਟੈਕਨੀਸ਼ੀਅਨ ਇਨ ਮੈਟ੍ਰਿਕਸ ਕਲਰ ਕੰਪਨੀ ਸ਼ੌਟਸਕਾਫ ਫਿਰ ਉਸ ਤੋਂ ਬਾਅਦ ਮੈਂ ਆਪਣੇ ਕੈਰੀਅਰ ਨੂੰ ਪ੍ਰੋਪਰਲੀ ਫੋਕਸ ਕੀਤਾ ਮੇਕਅਪ 'ਚ ਤੇ ਜਦੋਂ ਤੁਸੀਂ ਸੋਚਿਆ ਕਿ ਤੁਸੀਂ ਹੁਣ ਇਹਦੇ ਵਿੱਚ ਹੀ ਆਪਣੇ profession ਨੂੰ ਲੈ ਕੇ ਜਾਣਾ ਹੈ ਤੇ ਤੁਹਾਡੀ ਫੈਮਿਲੀ ਦਾ ਕੀ ਰਿਐਕਸ਼ਨ ਸੀਗਾ ਕਿਉਂਕਿ ਤੁਸੀਂ ਦੱਸ ਰਹੀ ਕਿ ਤੁਹਾਨੂੰ ਬੰਬੇ ਸ਼ਿਫਟ ਹੋਣਾ ਪਿਆ ਫਿਰ ਉਸ ਤੋਂ ਬਾਅਦ ਦਿੱਲੀ ਸ਼ਿਫਟ ਹੋਏ ਅ ਰਤਨ ਜਿਵੇਂ ਤੁਸੀਂ ਸਮਝ ਸਕਦੇ ਹੋ ਬੀਇੰਗ ਅ ਲੇਡੀ ਕਿ ਭਈ ਹਰ ਔਰਤ ਦੇ ਪਿੱਛੇ ਇੱਕ ਕਾਮਯਾਬ ਮਰਦ ਹੁੰਦਾ ਹੈ ਇੱਕ ਕਹਾਵਤ ਉਲਟੀ ਵੀ ਹੈ ਤੇ ਇੱਕ ਕਹਾਵਤ ਐਵੀ ਹੈ ਸੋ ਮੇਰੀ ਜਰਨੀ ਜਿੱਥੋਂ ਤੱਕ ਮੈਂ ਅੱਜ ਪਹੁੰਚੀ ਆਂ ਬਾਬਾ ਜੀ ਦਾ ਬਹੁਤ ਸ਼ੁਕਰ ਹੈ ਲੇਕਿਨ ਮੇਰੀ ਜ਼ਿੰਦਗੀ ਦਾ ਮਰਦ ਮੇਰੇ ਫਾਦਰ ਸਾਹਿਬ ਸੀ ਉਹਨਾਂ ਨੇ ਮੈਨੂੰ ਬੜੀ ਹੀ ਉਡਾਨ ਦਿੱਤੀ ਉਹਨਾਂ ਨੇ ਮੈਨੂੰ ਕਦੇ ਰੋਕਿਆ ਟੋਕਿਆ ਨਹੀਂ ਹੀ ਆਲਸੋ ਵਾਂਟਸ ਕਿ ਜੋ ਦਿਲ ਕਰਦਾ ਨਾਟ ਓਨਲੀ ਮੀ ਅਸੀਂ ਮੇਰੇ ਪਰਿਵਾਰ ਚ ਮੇਰੀਆਂ ਦੋ ਹੋਰ ਭੈਣਾਂ ਸੋ ਮੇਰੇ ਫਾਦਰ ਸਾਹਿਬ ਨੇ ਸਾਨੂੰ ਬਹੁਤ ਸਪੋਰਟ ਕੀਤੀ ਤੇ ਇਹੀ ਮੇਨ ਰੀਜ਼ਨ ਹੈ ਜਦੋਂ ਫੈਮਲੀ ਸਪੋਰਟ ਕਰਦੀ ਹੈ ਤੇ ਸਪੈਸ਼ਲੀ ਜਦੋਂ ਤੁਹਾਡੇ ਫਾਦਰ ਸਾਹਿਬ ਹੈਨਾ ਪੇਰੈਂਟਸ ਤੁਹਾਨੂੰ ਸਪੋਰਟ ਕਰਦੇ ਹਨ ਤੇ ਤੁਸੀਂ ਆਬਵੀਅਸਲੀ ਅੱਗੇ ਅੱਗੇ ਵਧਦੇ ਬਿਲਕੁਲ ਮੈਨੂੰ ਲੱਗਦਾ ਹੈ ਫੈਮਲੀ ਸਪੋਰਟ ਬਹੁਤ ਜ਼ਰੂਰੀ ਹੈ ਹਾਂਜੀ ਇੱਕ ਲੇਡੀ ਨੂੰ ਜਾਂ ਇੱਕ ਗਰਲ ਨੂੰ ਕਹਿ ਲਈ ਅਸੀਂ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣ ਲਈ ਫੈਮਲੀ ਦੀ ਸਪੋਰਟ ਹੋਣਾ ਬਹੁਤ ਜ਼ਰੂਰੀ ਬਿਲਕੁਲ ਔਰ ਉਹਦੇ ਵਿੱਚ ਵੀ ਤਾਨੂੰ ਇੱਕ ਮੇਲ ਸਪੋਰਟ ਚਾਹੇ ਉਹ ਤੁਹਾਡੇ ਫਾਦਰ ਸਾਹਿਬ ਹੋਣ ਚਾਹੇ ਤੁਹਾਡੇ ਬ੍ਰਦਰ ਹੋਣ ਚਾਹੇ ਤੁਹਾਡਾ ਹਸਬੰਡ ਹੋਵੇ ਬਟ ਆਈ ਵਾਸ ਲੱਕੀ ਕਿ ਮੇਰੀ ਪਹਿਲੀ ਸਪੋਰਟ ਹੀ ਮੇਰੇ ਫਾਦਰ ਸਾਹਿਬ ਸੀ ਤੇ ਜਦੋਂ ਤੁਸੀਂ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਦਿੱਲੀ ਸ਼ਿਫਟ ਹੋਏ ਸੀਗੇ ਤੇ ਉਸ ਤੋਂ ਬਾਅਦ ਤੁਹਾਨੂੰ ਕਿਵੇਂ ਦੀਆਂ ਪ੍ਰੋਬਲਮਸ ਆਈਆਂ ਤੁਸੀਂ ਟ੍ਰੇਨਿੰਗ ਪੀਰੀਅਡ 'ਚ ਤੁਹਾਨੂੰ ਕੋਈ ਦਿੱਕਤਾਂ ਆਈਆਂ ਉਹ ਤੁਸੀਂ ਸਾਡੇ ਨਾਲ ਟ੍ਰੇਨਿੰਗ ਪੀਰੀਅਡ 'ਚ ਦਿੱਕਤ ਆ ਕਿ ਜਿਹੜੇ ਟਾਈਮ 'ਚ ਮੈਂ ਦਿੱਲੀ ਗਈ ਸੀ ਹਾਂਜੀ ਯਾ ਬੰਬੇ ਗਈ ਸੀ ਤੁਸੀਂ ਤੁਸੀਂ ਸਮਝ ਸਕਦੇ ਹੋ ਨਾ ਸਾਡਾ ਪਿਛੋਕੜ ਜਿਹੜਾ ਉਹ ਪੰਜਾਬ ਦਾ ਵੈ ਔਰ ਮੇਰੇ ਮੇਰਾ ਜਿਹੜੇ ਐਂਸੈਸਟਰਸ ਨੇ ਉਹ ਪ੍ਰੋਪਰ ਪਿੰਡ ਦੇ ਨੇ ਸੋ ਸਾਡੇ ਦਿਮਾਗਾਂ ਵਿੱਚ ਦਿੱਲੀ ਔਰ ਬੰਬੇ ਇੱਕ ਬੜੀ ਅਲੱਗ ਜਗ੍ਹਾ ਸੀ ਤੇ ਮੈਨੂੰ ਯਾਦ ਹੈ ਕਿ ਮੈਂ ਜਦੋਂ ਵੀ ਆਟੋ ਚ ਬੈਂਦੀ ਸੀ ਨਾ ਸਟਾਰਟਿੰਗ ਜਦੋਂ ਹਾਲੇ ਮੈਂ ਗਈ ਸੀ ਉਦੋਂ ਮੈਂ ਛੋਟੀ ਜੀ ਡਾਇਰੀ ਰੱਖਦੀ ਸੀ ਆਟੋ ਬਲੇ ਦਾ ਪਹਿਲੇ ਨੰਬਰ ਨੋਟ ਕਰ ਲੈਂਦੀ ਸੀ ਫਿਰ ਅੰਮ੍ਰਿਤਸਰ ਆਪਣੇ ਘਰਦਿਆਂ ਨੂੰ ਦੱਸਦੀ ਸੀ ਯੂ نو ਉਸ ਤਰ੍ਹਾਂ ਦੀਆਂ ਛੁੱਟੀਆਂ ਛੁੱਟੀਆਂ ਬਟ ਐਟ ਦਾ ਐਂਡ ਆਫ 6 ਮੰਥਸ ਮੈਂ ਜਾਣਿਆ ਕਿ ਐਕਸਪੋਜ਼ਰ ਹਰ ਇੱਕ ਆਰਟਿਸਟ ਨੂੰ ਹਰ ਇੱਕ ਪ੍ਰੋਫੈਸ਼ਨਲ ਬੰਦੇ ਨੂੰ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਹੀ ਤੁਹਾਨੂੰ ਅੱਗੇ ਤੱਕ ਲੈ ਕੇ ਜਾਂਦਾ ਉਹੀ ਲੈ ਕੇ ਜਾਂਦਾ ਜੇ ਤੁਸੀਂ ਵੇਖੋ ਮੈਨੂੰ ਲੱਗਦਾ ਆਪਣੇ ਕੰਫਰਟ ਜ਼ੋਨ ਨੂੰ ਛੱਡ ਕੇ ਹੀ ਤੁਸੀਂ ਕੁਝ ਪਾ ਸਕਦੇ ਹੋ ਤੇ ਮੈਮ ਤੁਸੀਂ ਕਿੰਨੀ ਉਮਰ ਤੋਂ ਤੁਸੀਂ ਇਹ ਕੰਮ ਸਟਾਰਟ ਕੀਤਾ ਦੇਖੋ ਮੈਂ ਇਸ ਯੂ ਕੈਨ ਸੇ ਆਫਟਰ 30 ইয়ারਸ ਮੈਂ 30th ਸੀ ਜਦੋਂ ਮੈਂ ਆਪਣੇ ਇਸ profession ਚ ਪੈ ਗਈ ਸੀ। ਯਾ ਤੇ ਹੁਣ ਤੱਕ ਤੁਸੀਂ ਮੈਂ ਮੈਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਤੇ ਤੁਸੀਂ ਇਹ ਦੱਸੋ ਕਿ ਜੋ ਪਹਿਲਾਂ ਮੇਕਅਪ ਹੁੰਦਾ ਸੀਗਾ ਇੰਨੇ ਸਾਲ ਪਹਿਲਾਂ obviously ਟਾਈਮ ਦੇ ਨਾਲ ਚੇਂजेस ਆ ਜਾਂਦੇ ਆ ਤੇ ਹੁਣ ਦਾ ਜੋ ਮੇਕਅਪ ਜੋ ਟ੍ਰੈਂਡ ਚੱਲ ਰਿਹਾ ਹੈ ਤੁਸੀਂ ਕੀ ਡਿਫਰੈਂਸ ਦੇਖਿਆ ਇੰਨੇ ਸਾਲਾਂ ਦੇ ਵਿੱਚ ਦੇਖੋ ਮਿਹਨਤ ਤੇ ਆਰਟਿਸਟ ਪਹਿਲੇ ਵੀ ਕਰਦੇ ਸੀ ਹਨਾ ਅ ਬਟ ਮੈਂ ਇਹ ਕਹਾਂਗੀ ਉਹਦੋਂ ਸੋਸ਼ਲ ਮੀਡੀਆ ਨਹੀਂ ਸੀ। ਉਹਦੋਂ ਇੱਕ ਘਰ ਬੈਠੇ ਆਰਟਿਸਟ ਨੂੰ ਵੀ ਐਕਸਪੋਜ਼ਰ ਨਹੀਂ ਸੀ ਮਿਲਦਾ। ਉਹਨੂੰ ਪਹਿਲੇ ਸੋਚਣਾ ਪੈਂਦਾ ਸੀ। ਸਪੈਸ਼ਲੀ ਗਰਲਸ ਨੂੰ। ਹਾਂਜੀ। ਪਹਿਲੇ ਅ ਪਹਿਲੇ ਤੇ ਬਿਊਟੀ, ਸਕਿਨ ਔਰ ਹੈਅਰ ਤਾਂ ਕਿਸੀ ਮਿਤ ਰਹਿ ਗਈ ਸੀ। ਜੀ। ਹੈਨਾ? ਔਰ ਹਾਂ ਮੇਕਅਪ 'ਚ ਵੀ ਬੜਾ ਡਿਫਰੈਂਸ ਹੈ। ਅੱਜ ਦੇ ਸਭ ਤੋਂ ਪਹਿਲਾ ਡਿਫਰੈਂਸ ਇਹ ਹੈ ਕਿ ਤੁਹਾਡੇ ਕਲਾਇੰਟ ਨੂੰ ਪਤਾ ਹੁੰਦਾ ਉਹਨੂੰ ਕੀ ਚਾਹੀਦਾ। ਕੀ ਚਾਹੀਦਾ? ਹੈਨਾ? ਸੋ ਜਦੋਂ ਕੋਈ ਅ ਸਰਵਿਸ ਲੈਨ ਵਾਲੇ ਨੂੰ ਪਤਾ ਕਿ ਮੈਨੂੰ ਚਾਹੀਦਾ ਕੀ ਹੈ that is more hard that is more competitive ਤੇ ਬਸ ਇਹੀ ਡਿਫਰੈਂਸ ਹੈ ਕਿ ਅੱਜ ਲੋਗ ਅਵੇਅਰ ਜ਼ਿਆਦਾ ਨੇ ਤੇ ਕੰਮ ਕਰਨ ਚ ਮਜ਼ਾ ਬਹੁਤ ਜ਼ਿਆਦਾ ਆਉਂਦਾ ਤੇ ਤੁਸੀਂ ਮੈਮ ਇਹ ਦੱਸੋ ਕਿ ਜਿਹੜੇ ਤੁਹਾਡੇ ਕੋਲ ਕਲਾਇੰਟਸ ਆਉਂਦੇ ਨੇ ਤੇ ਕਦੇ ਇਦਾਂ ਹੋਇਆ ਕਲਾਇੰਟ ਨੇ ਕਿਹਾ ਤੁਹਾਡੀ ਬਹਿਸ ਹੋ ਗਈ ਹੋਏ ਕਦੇ ਕਲਾਇੰਟ ਨਾਲ ਕਿ ਮੈਨੂੰ ਇਹ ਮੇਕਅਪ ਨਹੀਂ ਵਧੀਆ ਲੱਗਿਆ ਜਾਂ ਕੁਝ ਵੀ ਜਾਂ ਤੁਸੀਂ ਉਹਨੂੰ ਸਜੈਸਟ ਕਰਦੇ ਹੋ ਲੇਕਿਨ ਉਹ ਤੁਹਾਡੀ ਗੱਲ ਨਹੀਂ ਮੰਨਦੇ ਤੇ ਫਿਰ ਬਾਅਦ ਵਿੱਚ ਉਹਨਾਂ ਨੂੰ ਫੀਲ ਹੁੰਦਾ ਕਿ ਇਹ ਠੀਕ ਨਹੀਂ ਹੋਇਆ ਅ ਇਹ ਸਿਰਫ ਮੇਰੇ ਨਾਲ ਨਹੀਂ ਹੁੰਦਾ ਮੈਨੂੰ ਲੱਗਦਾ ਹਰ ਆਰਟਿਸਟ ਨਾਲ ਹੁੰਦਾ ਹੋਏਗਾ ਹਾਂਜੀ ਕਿਉਂਕਿ ਜਿਹੜਾ ਆਰਟਿਸਟ ਹੈ ਨਾ ਉਹਦੀ ਆਪਣੀ ਨਜ਼ਰ ਹੈ ਕਿਸੇ ਵੀ ਚੀਜ਼ ਨੂੰ ਵੇਖਣ ਲਈ ਔਰ ਜਿਹੜਾ ਕਲਾਇੰਟ ਹੈ ਸਪੈਸੀਫਿਕਲੀ ਅੱਜਕੱਲ ਬੱਚੇ ਬਹੁਤ ਜ਼ਿਆਦਾ ਆਪਣੇ এডਿਕੇਸ਼ਨ ਵਾਈਜ਼ ਬਹੁਤ ਜ਼ਿਆਦਾ ਯੂ نو ਇੰਡਲਜ ਹੋ ਗਏ ਨੇ ਬਿਲਕੁਲ ਕਿਸੇ ਨੂੰ ਲੱਗਦਾ ਹੈ ਕਿ ਨਹੀਂ ਮੈਂ ਐਗਜ਼ਾਮਪਲ ਹੈ ਕਿ ਮੈਨੂੰ ਲਾਊਡ ਲਿਪਸਟਿਕ ਰੈਡ ਲਿਪਸਟਿਕ ਜੱਚਨੀ ਨਹੀਂ ਹੈ ਬਟ ਆਰਟਿਸਟ ਨੂੰ ਪਤਾ ਹੈ ਕਿ ਐਸ ਫੰਕਸ਼ਨ ਚ ਇਹਨੂੰ ਇਹੀ ਜਜਣਾ ਸੋ ਤੁਹਾਡੀ ਕਨਵਿੰਸਿੰਗ ਪਾਵਰ ਕਿਹੋ ਜੀ ਹੈ ਇਟ 올 ਡਿਪੈਂਡਸ ਓਨ 댓 ਤੇ ਮੈਮ ਤੁਹਾਡਾ ਹੁਣ ਤੱਕ ਦਾ ਜੋ ਵੀ ਤੁਸੀਂ ਮੇਕਅਪ ਦਾ ਕੰਮ ਸਿੱਖਿਆ ਹੈਗਾ ਤੁਸੀਂ ਗੋਡ ਫਾਦਰ ਕਿਨੂੰ ਮੰਨਦੇ ਹੋ ਓਨੈਸਟਲੀ ਮੇਕਅਪ ਦੇ ਵਿੱਚ ਹੈਅਰ ਦੇ ਵਿੱਚ ਆਈ ਹੈਵ ਲਰਨਡ ਫਰਮ ਦ ਬੈਸਟ ਅਕੈਡਮੀ ਸਕਿਨ ਦੇ ਵਿੱਚ ਆਈ ਹੈਵ ਲਰਨਡ ਫਰਮ ਦ ਬੈਸਟ ਅਕੈਡਮੀ ਪਾਵਰ ਪੁਆਇੰਟ ਔਰ ਮੇਕਅਪ ਦੇ ਵਿੱਚ ਸ਼ਾਟਸ ਕੋਫ ਤੋਂ ਮੈਂ ਬੜਾ ਕੁਝ ਸਿੱਖਿਆ ਆਲਦੋ ਮੈਂ ਕੰਮ ਵੀ ਕੀਤਾ ਉੱਥੇ ਉਹਨਾਂ ਨਾਲ ਐਜ਼ ਅਨ ਐਡਵਾਈਜ਼ਰ ਬਟ ਮੇਕਅਪ ਚ ਮੇਰਾ ਕੋਈ ਵੀ ਗੋਡਫਾਦਰ ਯਰ ਗੋਡ ਮਦਰ ਨਹੀਂ ਆਮ ਸੈਲਫ ਲਰਨ ਮੇਕਅਪ ਆਰਟਿਸਟ ਠੀਕ ਤੇ ਮੈਮ ਜਿਵੇਂ ਅੱਜਕੱਲ ਬ੍ਰਾਈਡਲ ਮੇਕਅਪ ਬਹੁਤ ਜ਼ਿਆਦਾ ਹਾਈਲਾਈਟਡ ਹੈ ਤੇ ਮੈਨੂੰ ਤੁਸੀਂ ਇਹ ਦੱਸੋ ਕਿ ਬ੍ਰਾਈਡਲ ਮੇਕਅਪ ਆਰਟਿਸਟ ਦੀ ਕੀ ਵੈਲਿਊ ਹੈ ਅ ਬ੍ਰਾਈਡਲ ਮੇਕਅਪ ਆਰਟਿਸਟ ਦੀ ਜਿਹੜੀ ਵੈਲਿਊ ਹੈ ਨਾ ਮੇਰੇ ਹਿਸਾਬ ਨਾਲ ਸਿਰਫ ਆਰਟ ਦੀ ਵੈਲਿਊ ਨਹੀਂ ਹੁੰਦੀ ਹਾਂਜੀ ਇੱਕ ਜਦੋਂ ਕਿਸੇ ਨੂੰ ਸਪੈਸੀਫਿਕੇਸ਼ਨ ਮਿਲ ਜਾਂਦੀ ਹੈ ਕਿ ਬਈ ਫਲਾ 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 ਇਜ਼ ਐਨ ਐਕਸਲੈਂਟ ਬਰਾਇਡਲ ਮੇਕਅਪ ਆਰਟਿਸਟ ਹਾਂਜੀ ਉਹਦਾ ਮਤਲਬ ਮੇਰੇ ਪਰਸੈਪਸ਼ਨ ਆਫ ਮਾਈਂਡ ਚ ਹੈ ਵੀ ਉਹਨੂੰ ਇਹੋ ਜਿਹਾ ਹੋਣਾ ਚਾਹੀਦਾ ਕਿਉਂਕਿ ਇੱਕ ਬਰਾਇਡਲ ਜਿਹੜੀ ਹੈ ਉਹ ਸਿਰਫ ਮੇਕਅਪ ਨਾਲ ਬਰਾਇਡ ਨਹੀਂ ਗਿਣੀ ਜਾਂਦੀ ਉਹਦੇ ਵਿੱਚ ਉਹਦੀ ਪੂਰੀ ਇਮੇਜ ਕੰਸਲਟੈਂਸੀ ਹੁੰਦੀ ਹੈ ਪੂਰੀ ਇਮੇਜ ਨੂੰ ਕਰੈਕਟ ਰਾਈਜ਼ਡ ਕਰਦਾ ਆਰਟਿਸਟ ਹੈਨਾ ਸੁਪੋਜ਼ ਉਹ ਲਹਿੰਗਾ ਲੈ ਕੇ ਆਏ ਨੇ ਜੀ ਉਹਨਾਂ ਕੋਲ ਦੁਪੱਟੇ ਨੇ ਹੁਣ ਉਹਨੂੰ ਕਿਸ ਤਰ੍ਹਾਂ ਡ੍ਰੇਪ ਕਰਨਾ ਹੈ ਉਹਨਾਂ ਦਾ ਕਿਸ ਤਰ੍ਹਾਂ ਉਹਨੂੰ ਬੋਡੀ ਤੇ ਇਸ ਤਰ੍ਹਾਂ ਮਤਲਬ ਡ੍ਰੇਪ ਨੂੰ ਇਸ ਤਰੀਕੇ ਨਾਲ ਦੇਣਾ ਜਿਹੜਾ ਸੋਬਰ ਵੀ ਲੱਗਨ ਯਟ ਗਾਰਜੀਅਸ ਵੀ ਲੱਗਨ ਫਿਰ ਕਲਰਸ ਆਫ ਚੋਇਸ ਕੀ ਹੋਣੀ ਚਾਹੀਦੀ ਹੈ ਮੰਨ ਲਓ ਲਹਿੰਗਾ ਇਸ ਤਰ੍ਹਾਂ ਦਾ ਓਕੇ ਵੀਲ ਗਿਵ ਹਰ ਸਟਲ ਲੁਕਸ ਕਿਉਂਕਿ ਸਿਰਫ ਬਰਸ਼ ਫੜ ਕੇ ਮੇਕਅਪ ਕਰਨਾ ਇਸ ਨੋਟ ਐਨ ਆਰਟ ਇਸੇ ਕਰਕੇ ਅੱਜ ਕੱਲ੍ਹ ਲੋਕੀ ਬਰਾਇਡਲ ਮੇਕਅਪ ਆਰਟਿਸਟ ਨੂੰ ਬਹੁਤ ਤਵੱਜੋ ਦਿੰਦੇ ਨੇ ਕਿਉਂਕਿ ਇੱਕ ਬ੍ਰਾਈਡ ਦੀ ਜਿਹੜੀ ਓਵਰঅল ਲੁੱਕ ਹੈ ਉਹ ਇੱਕ ਬ੍ਰਾਈਡ ਦਾ ਆਰਟਿਸਟ ਹੀ ਦੇ ਸਕਦਾ ਉਹ ਦੇ ਸਕਦਾ ਹੈ ਕਿਉਂਕਿ ਉਹਦੀ ਇੱਕ ਫੋਕਸ ਸਿਰਫ ਐਸ ਤੇ ਹੁੰਦਾ ਕਿ ਯਸ ਆ ਮੇਰੀ ਬ੍ਰਾਈਡ ਹੈ ਆ ਮੇਰੀ ਬ੍ਰਾਈਡ ਹੈ ਯੂ نو ਜਿਹੜਾ ਆਰਟਿਸਟ ਕਹਿੰਦਾ ਨਾ ਮੇਰੀ ਬ੍ਰਾਈਡ ਹੈ ਉਹ ਜਿਹੜਾ ਇੱਕ ਨਿੱਗ ਹੈ ਉਹ ਜਿਹੜਾ ਇੱਕ ਰਿਲੇਸ਼ਨ ਇੱਕ ਰਿਲੇਸ਼ਨ ਹੈ ਜਿਹੜੀ ਬੌਂਡਿੰਗ ਹੈ ਉਹ ਬਹੁਤ ਜ਼ਰੂਰੀ ਹੈ ਹਾਂਜੀ ਬਿਲਕੁਲ ਤੇ ਮੈਮ ਜਿਵੇਂ ਹੁਣੇ ਅਸੀਂ ਬ੍ਰਾਈਡ ਦੀ ਗੱਲ ਕਰ ਰਹੇ ਹਾਂ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਫਰਮਾਨ جاری ਹੋਏ ਸੀਗੇ ਕਿ ਜਿਹੜੀ ਸਿੱਖ ਵੈਡਿੰਗ ਹੈ ਉਹਦੇ ਵਿੱਚ ਕੁੜੀਆਂ ਲਹੰਗੇ ਨਹੀਂ ਵੇਅਰ ਕਰਨਗੇ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਕਦਰ ਕਰਨੀ ਚਾਹੀਦੀ ਹੈ ਜੋ ਵੀ ਉਹਨਾਂ ਨੇ ਆਖਿਆ ਹੈ ਹਨਾ ਕਿਉਂਕਿ ਲਾਵਾ ਲੈਣੀਆਂ ਹੈ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਕਵਰਡ ਹੋ ਇੱਕ ਰਿਸਪੈਕਟ ਹੈ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਜਦੋਂ ਜੀ ਜੀ ਤੇ ਕਿਤੇ ਨਾ ਕਿਤੇ ਵੇਖੋ ਇਹਦੇ ਲਈ ਅਸੀਂ ਆਪ ਵੀ ਜ਼ਿੰਮੇਵਾਰ ਹਾਂ ਹਾਂਜੀ ਸਾਨੂੰ ਪਹਿਲੇ ਤੋਂ ਹੀ ਚਾਹੀਦਾ ਸੀ ਕਿ ਸਾਡਾ ਪ੍ਰੋਪਰ ਸਟਾਈਲ ਤਾਂ ਕਿਆ ਹੋਵੇ ਹੈਨਾ ਸਾਡੀਆਂ ਬਾਹਾਂ ਪ੍ਰੋਪਰ ਕੱਜੀਆਂ ਹੋਣ ਜੇ ਤੁਸੀਂ ਪਿਛਲੇ ਏਰਾ ਚ ਜਾਓ ਪੰਜਾਬ ਦਾ ਫੋਕ ਜਿਹੜਾ ਕਲਚਰ ਹੈ ਉਹਦੇ ਵਿੱਚ ਤੁਸੀਂ ਵੇਖਿਆ ਹੋਏਗਾ ਕਿ ਥੋੜੀਆਂ ਲੌਂਗ ਸ਼ਰਟਸ ਹੁੰਦੀਆਂ ਸੀ ਫਿਰ ਥੱਲੇ ਘਗਰੇ ਹੁੰਦੇ ਸੀ ਐਂਡ ਬੁਕਲਾਉਂਦੀਆਂ ਸੀ ਤੇ ਮੈਨੂੰ ਲੱਗਦਾ ਉਹ ਗਰੇ ਸੀ ਵੱਖਰੀ ਸੀ ਬਟ ਬਹੁਤ ਵਧੀਆ ਹੈ ਜੋ ਵੀ ਉਹਨਾਂ ਨੇ ਕਿਹਾ ਹੈ ਮੰਨਾ ਚਾਹੀਦਾ ਹੈ ਕਦਰ ਕਰਨੀ ਚਾਹੀਦੀ ਔਰ ਦਿਲੋਂ ਖੁਸ਼ ਹੋ ਕੇ ਸਾਨੂੰ ਮੰਨਾ ਚਾਹੀਦਾ ਤੇ ਮੈਮ ਇਸ ਚੀਜ਼ ਦਾ ਤੁਹਾਡੇ profession ਤੇ ਕੋਈ ਫਰਕ ਪਿਆ ਬਹੁਤ ਜ਼ਿਆਦਾ ਫਰਕ ਪਿਆ ਜਿੱਥੇ ਸਾਡਾ ਕੰਮ ਇੱਕ ਵਾਰ ਛੋਣਾ ਹੁਣ ਸਾਨੂੰ ਦੁਨੀ ਮਿਹਨਤ ਕਰਨੀ ਪੈਂਦੀ ਸਾਨੂੰ ਸਾਰੇ ਆਰਟਿਸਟਾਂ ਲਈ ਹਾਂਜੀ ਬਿਕੋਜ਼ ਪਹਿਲੇ ਆ ਹੁੰਦਾ ਸੀ ਕਿ ਬ੍ਰਾਈਡ ਦੀ ਇੱਕ ਡਰੈਸ ਹੈ ਇੱਕੋ ਹੀ ਹੈਅਰ ਸਟਾਈਲ ਹੈ ਹੈਨਾ ਤੇ ਹੁਣ ਹੈ ਕਿ ਪਹਿਲੇ ਉਹਨਾਂ ਨੇ ਲਾਵਾਂ ਲੈ ਕੇ ਫਿਰ ਆਣਾ ਹੈ ਔਰ ਫਿਰ ਦੇਖੋ ਉਹਨਾਂ ਦੇ ਡ੍ਰੀਮਸ ਹੈ ਲਹਿੰਗਾ ਪਾਣ ਦਾ ਕਿਸੇ ਦਾ ਕੁਝ ਪਾਣ ਦਾ ਫਿਰ ਦੁਬਾਰਾ ਤੋਂ ਅਸੀਂ ਉਹਨਾਂ ਨੂੰ ਕਰਦੇ ਆ ਮਤਲਬ ਸਾਡਾ ਕੰਮ ਤੇ ਬਹੁਤ ਵੱਧ ਗਿਆ ਬਟ ਅਸੀਂ ਖੁਸ਼ ਆ ਸਾਡੀ ਬ੍ਰਾਈਡ ਖੁਸ਼ ਹੈ ਤੇ ਅਸੀਂ ਵੀ ਖੁਸ਼ ਹੁੰਦੀਆਂ ਦੇ ਸ਼ੌਂਕ ਹੁੰਦੇ ਆ ਕਿ ਪੂਰੇ ਹੋਣੇ ਬਹੁਤ ਜ਼ਰੂਰੀ ਆ ਵਿਆਹ ਇੱਕ ਵਾਰ ਹੁੰਦਾ ਨਾ ਕਹਿੰਦੇ ਇਹ ਸਾਰੇ ਸ਼ੌਂਕ ਆਪਣੇ ਪੂਰੇ ਕਰ ਲਓ ਬਿਲਕੁਲ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਭਈ ਅਸੀਂ ਤੇ ਲਹਿੰਗਾ ਪਾਣਾ ਫਿਰ ਉਹ ਵੀ ਕਦਰ ਕਰਦੀ ਆ ਰਿਸਪੈਕਟਫੁਲੀ ਆਪਣੀਆਂ ਲਾਵਾਂ ਵੀ ਲੈਂਦੀ ਆ ਉਸ ਤੋਂ ਬਾਅਦ ਆ ਕੇ ਆਪਣਾ ਪਾਰਟੀਆਂ ਚ ਲਹਿੰਗਾ ਵੀ ਪਾਉਂਦੀ ਆ ਤੇ ਤੁਹਾਡੇ ਅਕੋਰਡਿੰਗ ਮੈਮ ਇੱਕ ਡ੍ਰੀਮ ਬ੍ਰਾਈਡ ਕਿੱਦਾਂ ਦੀ ਹੋਣੀ ਚਾਹੀਦੀ ਆ ਅਹ ਵੇਖੋ ਜੇ ਤੁਸੀਂ ਕਾਮਨਾ ਨੂੰ ਪੁੱਛਦੇ ਹੋ ਕਿ ਉਹਦੀ ਡ੍ਰੀਮ ਬ੍ਰਾਈਡ ਕਿਹੋ ਜੀ ਹੋਣੀ ਚਾਹੀਦੀ ਆ ਤੇ ਮੈਨੂੰ ਅੱਛਾ ਲੱਗਦਾ ਲੌਂਗ ਸ਼ਰਾਰਾਜ਼ ਹੋਣ ਹਾਂਜੀ ਤੇ ਜਾਂ ਫਿਰ ਲੰਬੀਆਂ ਚੋਲੀਆਂ ਹੋਣ ਬੁੱਕਲ ਹੋਵੇ ਪੂਰਾ ਕੁੰਡ ਹੋਵੇ ਐਂਡ ਲੋਡਡ ਵਿਦ ਜੁਐਲਰੀ ਮੈਮ ਇਹ ਤਾਂ ਹੋ ਗਈ ਬ੍ਰਾਈਡਸ ਦੀ ਗੱਲ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦੀ ਆ ਕਿ ਜਿਵੇਂ ਤੁਸੀਂ ਕਮਰਸ਼ੀਅਲ ਸ਼ੂਟਸ ਕਰਦੇ ਹੋ ਸੈਲੀਬ੍ਰਿਟੀਆਂ ਦੇ ਨਾਲ ਤੇ ਤੁਹਾਨੂੰ ਉਹਨਾਂ ਨੂੰ ਹੈਂਡਲ ਕਰਨ ਚ ਕੋਈ ਪ੍ਰੋਬਲਮ ਆਈ ਹੈ ਹੁਣ ਤੱਕ ਅ ਬਿਲਕੁਲ ਆਂਧੀਆਂ ਨੇ ਪ੍ਰੋਬਲਮਸ ਜਦੋਂ ਮੈਨੂੰ ਲੱਗਦਾ ਹੈ ਕਿ ਅ ਸੈਲਫ ਰਿਸਪੈਕਟ ਤੇ ਈਗੋ ਦੇ ਕਲੈਸ਼ਸ ਹੁੰਦੇ ਨੇ ਜੀ ਪ੍ਰੋਬਲਮਸ ਆਂਦੀਆਂ ਨੇ ਬਟ ਸਾਡਾ ਕੰਮ ਹੀ ਡੀਲ ਕਰਨਾ ਹੈ ਜਦੋਂ ਅਸੀਂ ਕੋਆਰਡੀਨੇਸ਼ਨ ਕਰਦੇ ਆਂ ਤੇ ਕਈ ਵਾਰੀ ਫਿਰ ਥੋੜਾ ਜਿਹਾ ਬੈਲੈਂਸ ਕਰਕੇ ਚੱਲਣਾ ਪੈਂਦਾ ਬਟ ਆਂਦੀ ਆ ਹਰ ਕਿਸੇ ਨੂੰ ਆਂਦੀ ਹੋਏਗੀ ਜਦੋਂ ਵੀ ਕਿਸੇ ਦੀ ਈਗੋ ਹਾਂਜੀ ਕਿਸੇ ਸੈਲਿਬ੍ਰਿਟੀ ਦੀ ਈਗੋ ਔਰ ਕਿਸੇ ਆਰਟਿਸਟ ਦਾ ਸੈਲਫ ਰਿਸਪੈਕਟ ਕਲੈਸ਼ ਕਰਦੀ ਹੈ ਤੇ ਜ਼ਰੂਰ ਪ੍ਰੋਬਲਮ ਆਂਦੀ ਹੈ ਬਟ ਮੇਰੇ ਸਾਬ ਨਾਲ ਸਮਝਦਾਰ ਆਰਟਿਸਟ ਉਹੀ ਹੁੰਦਾ ਜਿਹੜਾ ਉਹਨੂੰ ਡੀਲ ਕਰ ਲਵੇ ਜੀ ਉਹਨੂੰ ਬਿਲਕੁਲ ਈਜ਼ੀ ਵੇ ਨਾਲ ਟੈਕਲ ਕਰ ਲੇ ਤਾਂ ਕਿ ਸਭ ਕੁਝ ਸਮੂਥਲੀ ਚੱਲ ਸਕੇ ਐਗਜ਼ੈਕਟਲੀ ਤੇ ਮੈਮ ਕਦੇ ਅਦਾ ਹੋਇਆ ਕਿ ਸਭ ਕੁਝ ਵਧੀਆ ਸੀਗਾ ਤੇ ਤੁਹਾਡਾ ਸ਼ੂਟ ਠੀਕ ਨਹੀਂ ਹੋਇਆ ਮਤਲਬ ਤੁਸੀਂ ਸੈਟੀਸਫਾਈ ਨਹੀਂ ਹੋਏ ਸ਼ੂਟ ਤੋਂ ਉਹ ਹਾਂਜੀ ਬਿਲਕੁਲ ਹੁੰਦਾ ਸੈਟੀਸਫੈਕਸ਼ਨ ਮਤਲਬ ਕਿ ਕਈ ਵਾਰੀ ਸਾਨੂੰ ਆਪਣੇ ਆਪ ਨੂੰ ਐਂਜ ਲੱਗਦਾ ਹੈ ਕਿ ਯਾਰ ਮੈਂ ਇਹਨੂੰ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦੀ ਸੀ ਪਰ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ ਯੂ نو ਹਾਂਜੀ ਇਵੈਂਟ ਵਾਲਿਆਂ ਦੇ ਵਿੱਚ ਜਾਂ ਫੋਟੋਗ੍ਰਾਫਰ ਦਾ ਆਪਣਾ ਪੁਆਇੰਟ ਆਫ View ਹੈ ਆਰਟਿਸਟ ਦਾ ਆਪਣਾ ਹੈ बट ठीक है मेल मिलाप करके सब कुछ अच्छा हो ही जाता है एट द एंड आज तक मैं इस मामले बहुत लकी रही हाँ मैं जिन्हें भी बेस्ट टू बेस्ट फोटोग्राफर है और सैलीब्रिटी फोटोग्राफर ज्यादा मतलब पेशेंस वाले है ते तक नाल काम कर चुके हो मोस्टली मैं हूँ रीसेंटली भी काम किया सोनिया मानजी या और रितु नूरा किया ਤੇ ਜਿਵੇਂ ਮੈਮ ਅਸੀਂ ਸਭ ਦੇਖ ਰਿਹਾ ਕਿ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਕੁਝ ਮੇਕਅਪ ਆਰਟਿਸਟ ਐ ਥੋੜੇ ਕੁਛ ਦਿਨਾਂ ਦੀ ਕਲਾਸਿਸ ਲੈ ਕੇ ਮਾਸਟਰ ਕਲਾਸ ਦੇਣ ਲੱਗ ਜਾਂਦੇ ਆ ਉਹਨਾਂ ਬਾਰੇ ਤੁਹਾਡੀ ਕੀ ਰਾਏ ਆ ਮੈਮ ਦੇਖੋ ਅ ਅੱਜਕੱਲ ਦਾ ਜਿਹੜਾ ਸਮਾਂ ਮੈਂ ਤੁਹਾਨੂੰ ਸ਼ਾਇਦ ਪਹਿਲੇ ਵੀ ਦੱਸਿਆ ਕਿ ਸੋਸ਼ਲ ਮੀਡੀਆ ਨੇ ਅਵੇਅਰਨੈਸ ਤੇ ਬਹੁਤ ਕੀਤੀ ਆ ਹਾਂਜੀ ਬਟ ਕਿਤੇ ਨਾ ਕਿਤੇ ਜਿਹੜੇ ਕਲਾਈਐਂਟਸ ਨੇ ਕਹਿ ਲੋ ਜਾਂ ਫਾਲੋਅਰਸ ਵੇਖੇ ਜਾਂਦੇ ਨੇ ਅੱਜਕੱਲ ਦਾ ਬੜਾ ਇੱਕ ਟ੍ਰੈਂਡ ਹੈ ਕਿ ਫਲਾਣੇ ਫਲਾਣੇ ਦੇ ਐਮ ਫੋਲੋਅਰਸ ਨੇ ਫਲਾਣੇ ਫਲਾਣੇ ਦੇ ਕੇ ਫੋਲੋਅਰਸ ਨੇ ਉਹਦੇ ਕੋਲ ਜਾਓ ਕਮ ਸਭ ਨੂੰ ਚਾਹੀਦਾ ਹੈ ਜਿਨ੍ਹਾਂ ਨੇ 3-4 ਦਿਨ ਸਿੱਖਿਆ ਉਹਨਾਂ ਨੇ ਵੀ ਇੱਕ ਦਿਨ ਆ ਕੇ ਕਲਾਸਿਸ ਲਾਨੀਆਂ ਹੀ ਲਾਨੀਆਂ ਹੈ ਥੈਟਸ ਗੁੱਡ ਬਟ ਮੇਰੇ ਹਿਸਾਬ ਨਾਲ ਐਕਸਪੀਰੀਅੰਸ ਆਲਵੇਜ਼ ਮੈਟਰਸ ਜੀ ਅੱਜ ਤੱਕ ਤੁਸੀਂ ਬਲੀਵ ਨਹੀਂ ਕਰੋਗੇ ਅਸੀਂ ਜਦੋਂ ਕਈ ਵਾਰੀ ਮੈਂ ਖੁਦ ਕਲਾਸਾਂ ਲੈਂਦੀ ਆ ਤੇ ਫਿਰ ਵੀ ਕੁਝ ਸਟੂਡੈਂਟਸ ਹਾਂਜੀ ਕਲਾਸਾ ਲੈਣ ਤੋਂ ਸਾਲ ਸਾਲ ਬਾਅਦ ਵੀ ਆ ਕੇ ਕਹਿੰਦੇ ਨੇ ਕਿ ਬਈ ਸਾਨੂੰ ਤੇ ਕੁਛ ਆਇਆ ਨਹੀਂ ਗਾਟ ਮੈਂ ਪੁਆਇੰਟ ਮਤਲਬ ਇਹ ਕਿਸ ਤਰ੍ਹਾਂ ਹੈ ਕਿ ਇੱਕ ਟੀਚਰ ਹੈ ਜਿਹੜਾ ਜਿੰਨੇ 5 ਬੱਚਿਆਂ ਨੂੰ ਜਿ ਸਿਖਾਇਆ ਹੈ ਤੇ ਉਹਦੇ ਚੋ ਹਰ ਕਿਸੇ ਦੀ ਆਪਣੀ ਆਪਣੀ ਯੂ نو ਅ ਮਤਲਬ ਕੈਪੇਬਿਲਿਟੀ ਹੈ ਉਹ ਕਿਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦਾ ਹਾਂਜੀ ਤੇ ਫਿਰ 3-4 ਦਿਨ ਜਾਂ ਥੋੜਾ ਟਾਈਮ ਸਿੱਖ ਕੇ ਤੁਸੀਂ ਮਾਸਟਰ ਕਲਾਸ ਦਾ ਟੈਗ ਨਾ ਦੋ ਗਿਵ ਯੋਰself ਟਾਈਮ ਜਾ ਐਕਸਪੀਰੀਅੰਸ ਲਾਓ ਕਿਉਂਕਿ ਇਹ ਕਿਸੇ ਦਾ ਫਿਊਚਰ ਬਿਲਡ ਕਰਨ ਦੀ ਗੱਲ ਹੈ ਤੇ ਮੈਨੂੰ ਵੀ ਐਵੇਂ ਲੱਗਦਾ ਕਿ ਅ ਇਨਸਾਨ ਸਾਰੀ ਉਮਰ ਪਰ ਸਿੱਖਦਾ ਹੀ ਰਹਿੰਦਾ ਹੈ ਜਿੰਨਾ ਐਕਸਪੀਰੀਅੰਸ ਕਰਦਾ ਉਸ ਤੋਂ ਹਰ ਰੋਜ਼ ਉਹ ਇੱਕ ਨਵੀਂ ਸਿੱਖ ਨੂੰ ਸਿੱਖਣ ਤੋਂ ਮਿਲਦੀ ਹੈ ਵੇਖੋ ਜੀ ਜਿਹੜਾ ਆਰਟਿਸਟ ਹੈ ਨਾ ਮੇਰੇ ਹਿਸਾਬ ਨਾਲ ਉਹ ਤੇ ਆਪਣੇ ਅੰਤ ਸਮੇਂ ਤੱਕ ਸਿੱਖਦਾ ਹੀ ਰਵੇ ਤੇ ਉਹ ਜ਼ਿੰਦਾ ਰਹਿੰਦਾ ਹਾਂਜੀ ਜਦੋਂ ਠਹਿਰੇ ਹੋਏ ਪਾਣੀ 'ਚ ਵੀ ਤੁਸੀਂ ਸਮਝਦੇ ਹੋ ਨਾ ਬੋ ਪੈ ਜਾਂਦੀ ਹੈ ਸੋ ਸਾਨੂੰ ਇੱਕ ਤੇ ਚੱਲਦੇ ਰਹਿਣਾ ਚਾਹੀਦਾ ਨਾਲੇ ਸਿੱਖਦੇ ਹੀ ਰਹਿਣਾ ਚਾਹੀਦਾ ਕਿ ਸਾਨੂੰ ਆਪਣੇ ਕੰਮ ਨਾਲ ਅੱਗੇ-ਅੱਗੇ ਵਧਦੇ ਰਹਿਣਾ ਚਾਹੀਦਾ ਐਗਜ਼ੈਕਟਲੀ ਠੀਕ ਹੈ ਕਿ ਇੱਕ ਸੈਲੂਨ ਦੇ ਵਿੱਚ ਬਿਊਟੀ ਪਾਰਲਰ ਸੈਲੂਨ ਤੇ ਇੱਕ ਮੇਕਅਪ ਆਰਟਿਸਟ ਇਹਨਾਂ ਤਿੰਨਾਂ ਦੇ ਵਿੱਚ ਕੀ ਡਿਫਰੈਂਸ ਹੈ ਮਤਲਬ ਤੁਸੀਂ ਪੂਰੀ ਜਾਨ ਮੇਰੀ ਲੈ ਲੈਣੀ ਆ ਜੀ ਬਿਲਕੁਲ ਅੱਜ ਅਸੀਂ ਤੁਹਾਡੇ ਕੋਲੋਂ ਪੂਰੀ ਮੇਕਅਪ ਦੇ ਬਾਰੇ ਪੁੱਛ ਲੈਣਾ ਹੈ ਨਹੀਂ ਨਹੀਂ ਕੰਟਰੋਵਰਸ਼ੀਅਲ ਕੁਐਸਚਨਸ ਮੇਰੇ ਹਿਸਾਬ ਨਾਲ ਤਿੰਨਾ ਚ ਇੱਕ ਲੋਟ ਆਫ ਡਿਫਰੈਂਸ ਹੈ ਹਾਂਜੀ ਜਿਵੇਂ ਮੈਂ ਕਿਸੇ ਆਰਟਿਸਟ ਦੇ ਬਾਰੇ ਵਿੱਚ ਨਹੀਂ ਗੱਲ ਕਰਦੀ ਇਟ ਇਜ਼ ਐਸ ਸਿੰਪਲ ਬਿਊਟੀ ਪਾਰਲਰ ਦੀਆਂ ਆਪਣੀਆਂ ਸਰਵਿਸਿਜ਼ ਨੇ ਉਹਨਾਂ ਦਾ ਏਰੀਆ ਆਫ ਫੀਲਡ ਜਿਹੜਾ ਹੈ ਉਹ ਆਪਣਾ ਹੈ ਜੀ ਵੇਅਰ ਐਸ ਜਦੋਂ ਸੈਲੂਨ ਹੈ ਉਹਨੇ ਨੇਲਸ ਵੀ ਸ਼ੁਰੂ ਕਰ ਦਿੱਤੇ ਉਹਦਾ ਫੋਕਸ ਸਾਰੇ ਪਾਸੇ ਆ ਨਾ ਇੱਕ ਸੈਲੂਨ ਦੇ ਵਿੱਚ ਜਾਂਸ ਹੇਅਰ ਕਮ ਵੀਅਰ ਲੇਡੀਜ਼ ਹੇਅਰ ਕਮ ਵੀਅਰ ਸਟਾਈਲਿੰਗ ਵੀ ਹੋ ਰਹੀ ਹੈ ਡ੍ਰੈਪਿੰਗ ਵੀ ਹੋ ਰਹੀ ਹੈ ਨੇਲਸ ਵੀ ਹੋ ਰਿਹਾ ਹੈ ਹਾਂਜੀ ਬਿਊਟੀ ਵੀ ਹੋ ਰਹੀ ਤੇ ਮੇਕਅਪ ਵੀ ਹੋ ਰਿਹਾ ਵਟ ਮਾਈ ਪੁਆਇੰਟ ਤੇ ਮੇਕਅਪ ਵੀ ਹੋ ਰਿਹਾ ਬਟ ਵੇਅਰ ਐਸ ਜਿਹੜਾ ਮੇਕਅਪ ਆਰਟਿਸਟ ਹੈ ਉਥੇ ਕੀ ਹੋ ਰਿਹਾ ਸਿਰਫ ਮੇਕਅਪ ਔਰ ਜਿਹੜਾ ਮੇਕਅਪ ਆਰਟਿਸਟ ਹੈ ਜਿਵੇਂ ਆਪਾਂ ਪਹਿਲਾਂ ਵੀ ਕਿਹਾ ਕਿ ਕੋਈ ਬ੍ਰਾਈਡਲ ਮੇਕਅਪ ਆਰਟਿਸਟ ਹੈ ਉਹਦਾ ਇੱਕ ਆਪਣਾ ਪਰਸੈਪਸ਼ਨ ਆਫ ਮਾਈਂਡ ਹੈ ਸੋ ਆਪਾਂ ਤਿੰਨਾਂ ਦੇ ਵਿੱਚ ਡਿਫਰੈਂਸ਼ੀਏਸ਼ਨ ਹੈ ਵਾ ਕਿ ਫੀਲਡ ਵਰਕ ਵੇਖੋ ਨਾ ਹਾਂਜੀ ਉਹਨਾਂ ਦਾ ਫੀਲਡ ਵਰਕ ਵਟਿਆ ਹੋਇਆ ਲੇਕਿਨ ਜੇਅਰ ਵੇਅਰ ਐਸ ਮੇਕਅਪ ਆਰਟਿਸ ਦਾ ਫੀਲਡ ਵਰਕ ਔਰ ਦਾ ਸਿਰਫ ਮੇਕਅਪ ਤੇ ਹੋਲਡ ਹੈ ਜੀ ਇਟ ਇਜ਼ ਵੈਰੀ ਸਿੰਪਲ ਜਿਵੇਂ ਉਹਨਾਂ ਨੇ ਬਿਊਟੀ ਪਾਰਲਰ ਔ ਸੈਲੂਨ ਵਿੱਚ ਸਾਰੀ ਸਰਵਿਸਿਜ਼ ਪ੍ਰੋਵਾਈਡ ਕਰਨੇ ਲੇਕਿਨ ਤੁਹਾਡਾ ਜਿਹੜਾ ਮੇਨ ਕਨਸਰਨ ਹੈ ਇੱਕ ਮੇਕਅਪ ਆਰਟਿਸ ਦਾ ਮੇਨ ਕਨਸਰਨ ਆਪਣੇ ਜੋ ਕਸਟਮਰ ਨੂੰ ਓਵਰਆਲ ਲੁੱਕ ਦੇਣਾ ਤੋ ਇੱਕ ਬਹੁਤ ਹੀ ਅੱਛੀ ਗੱਲ ਹੈ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਡੇ ਵਿਊਅਰਸ ਨੂੰ ਸਮਝਾ ਦਿੱਤਾ ਕਿ ਇਹਨਾਂ ਤਿੰਨਾਂ ਵਿੱਚ ਕੀ ਡਿਫਰੈਂਸ ਹੈ ਬਿਲਕੁਲ ਜਿਵੇਂ ਆਪਾਂ ਪਲੱਸ 2 ਕਰ ਰਹੇ ਹਾਂ ਆਪਾਂ ਫਿਰ ਬੈਚਲਰ ਆਫ ਆਰਟਸ ਕਰਦੇ ਹਾਂ ਫਿਰ ਆਪਾਂ ਮਾਸਟਰ ਆਫ ਆਰਟਸ ਕਰਦੇ ਹਾਂ ਉਹਦੇ 'ਚ ਐ ਤੇ ਨਹੀਂ ਹੈ ਕਿ ਆਪਾਂ ਸਬਜੈਕਟ ਜਿਹੜਾ ਹੁਣ ਮਾਸਟਰ ਆਫ ਆਰਟ ਕਰ ਰਹੇ ਹਾਂ ਤੇ ਬੈਚਲਰ ਵਾਲਾ ਸਬਜੈਕਟ ਹੀ ਜਾਏਗਾ ਨਾ ਅੱਗੇ ਜੀ ਤੋ ਇਹਨੂੰ ਸਿੰਪਲ ਤਰੀਕੇ ਨਾਲ ਵੇਖੀਏ ਤੇ ਬਹੁਤ ਸਾਨੂੰ ਆਪੇ ਸਮਝ ਆ ਜਾਂਦਾ ਤੇ ਆਪਾਂ ਕਹਿ ਸਕਦੇ ਕਿ ਉਹ ਪੀ ਐਚ ਡੀ ਲੈਵਲ ਹੋ ਗਿਆ ਮੇਕਅਪ ਐਗਜੈਕਟਲੀ ਐਗਜੈਕਟਲੀ ਮੈਂ ਤੁਹਾਡੇ ਅਕੋਰਡਿੰਗ ਜੋ ਮੇਕਅਪ ਇੰਡਸਟਰੀ ਹੈ ਇਹਦੀ ਕੀ ਰਿਐਲਿਟੀ ਹੈ ਰਿਐਲਿਟੀ ਤੇ ਅੱਜਕੱਲ ਇੰਸਟਾਗ੍ਰam ਤੇ ਬਹੁਤ ਛੇਤੀ ਆ ਜਾਂਦੀ ਹੈ ਹਾਂਜੀ ਬਟ ਅੱਛਾ ਨਹੀਂ ਲੱਗਦਾ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਦੇ ਉੱਤੇ ਛੀਟਾ ਕੱਸ਼ੀ ਕਰਦਾ ਤੁਸੀਂ ਸਿੱਖਿਆ ਵੀ ਹੁੰਦਾ ਕਿਤੇ ਕੰਮ ਤੁਸੀਂ ਦੱਸਦੇ ਨਹੀਂ ਹੋ ਹਾਂਜੀ ਜਾਂ ਮਤਲਬ ਤੁਸੀਂ ਬਹੁਤ ਇਹੋ ਜੀਆਂ ਚੀਜ਼ਾਂ ਨੇ ਜਿੱਦੇ ਚ ਇਹ ਲੱਗਦਾ ਕਿ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਉਹ ਵੱਖਾਣ ਵਾਲੀ ਕੁਝ ਹੋਰ ਹੈ ਤੇ ਰਿਐਲਿਟੀ ਚ ਕੁਝ ਹੋਰ ਹੈ ਹਾਂਜੀ ਮਤਲਬ ਇੱਕ ਹੋੜ ਜੀ ਲੱਗੀ ਹੋਈ ਆ ਦੈਟਸ ਇਟ ਤੇ ਮੈਮ ਜਿਵੇਂ ਤੁਸੀਂ ਵੀ ਮੇਕਅਪ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ ਤੇ ਤੁਸੀਂ ਕਦੇ ਐਵੇਂ ਦਾ ਤੁਹਾਡੇ ਨਾਲ ਇਨਸੀਡੈਂਟ ਹੋਇਆ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਫਸਿਆ ਹੋਇਆ ਮਹਿਸੂਸ ਕੀਤਾ ਅ ਹਾਂਜੀ ਹੁੰਦਾ ਹੀ ਹੈ तकरीबन ਹੋ ਹੀ ਜਾਂਦਾ ਹੈ ਕਿਉਂਕਿ ਲਿਮਿਟਡ ਟਾਈਮ ਹੁੰਦਾ ਬ੍ਰਾਈਡ ਆਂਦੀ ਹੀ ਦੇਰ ਨਾਲ ਹੈ ਮੋਸਟਲੀ ਸਾਡੇ ਮਤਲਬ ਪੰਜਾਬ ਚ ਕਹਿ ਲਓ ਲੇਕਿਨ ਛੋਟੇ ਛੋਟੇ ਇਨਸੀਡੈਂਟਸ ਹੋ ਜਾਂਦੇ ਜਿਵੇਂ ਇੱਕ ਵਾਰੀ ਬ੍ਰਾਈਡ ਨੇ ਇੱਕ ਬੜੀ ਟਾਪ ਦੇ ਡਿਜ਼ਾਈਨਰ ਨੇ ਸਾਡੇ ਤੇ ਬ੍ਰਾਈਡ ਨੇ ਉਹਨਾਂ ਕੋਲੋਂ ਆਊਟਫਿਟ ਬਣਵਾਇਆ ਸੀ ਚੋਲੀ ਐਂਡ ਲਹਿੰਗਾ ਹਾਂਜੀ ਸੋ ਬਰਾਇਡ ਨੇ ਜਦੋਂ ਪਾਇਆ ਤੇ ਉਹਦੇ ਮਦਰ ਆ ਗਏ ਐਂਡ ਮਦਰ ਵਾਸ ਲਾਈਕ ਹਾਲਾਂਕਿ ਉਹ ਲੜਕੀ ਕੈਲੀਫੋਰਨੀਆ ਤੋਂ ਸੀ ਸੱਚ ਡਾਊਨ ਟੂ ਅਰਥ ਗਰਲ ਉਹਦੇ ਮਦਰ ਕਹਿੰਦੇ ਵੀ ਜਿਵੇਂ ਹੁਣ ਤੇ ਆਪਾਂ ਗੁਰਦੁਆਰਾ ਸਾਹਿਬ ਚ ਹੋ ਗਿਆ ਇਸ ਤਰ੍ਹਾਂ ਪਾਣੇ ਆ ਬਟ ਉਦੋਂ ਉਹਨਾਂ ਦਾ ਤੇ ਰਿਜ਼ੋਰਟ 'ਚ ਸੀ ਤੇ ਉਹ ਕਹਿੰਦੇ ਵੀ ਐ ਤੇ ਪਾਣਾ ਹੀ ਨਹੀਂ ਆ ਲਿਟਰਲੀ ਸ਼ੀ ਵਾਸ ਅਬਾਊਟ ਟੂ ਸਲੈਪ ਹਰ ਡਾਟਰ ਪਰ ਉਹ ਬੱਚੇ ਦਾ ਤੇ ਕੋਈ ਕਸੂਰ ਹੀ ਨਹੀਂ ਸੀ ਕਿਉਂਕਿ ਡਿਜ਼ਾਈਨਰ ਨੇ ਹੀ ਉਹਨੂੰ ਐਂਜ ਕੀਤਾ ਸੀ ਫਿਰ ਆਪਾਂ ਦੁਪੱਟੇ ਜਿਹੜੇ ਉਹਨਾਂ ਦੇ ਸੀ ਦੋ ਉਹਨਾਂ ਨੂੰ ਇਸ ਤਰੀਕੇ ਨਾਲ ਡਰੇਪ ਕੀਤਾ ਸਿਚੁਏਸ਼ਨ ਹੋ ਜਾਂਦੀ ਹੈ ਨਾ ਤੁਹਾਡੇ ਲਈ ਐ ਫਿਰ ਉਹਨੂੰ ਡਰੇਪ ਇਸ ਤਰੀਕੇ ਨਾਲ ਕੀਤਾ ਸੂਈ ਧਾਗੇ ਨਾਲ ਕਦੇ ਐ ਇਧਰੋਂ ਕਦੇ ਐ ਇਧਰੋਂ ਸੋ 댓 ਉਹਨਾਂ ਦਾ ਮਤਲਬ ਪ੍ਰੋਪਰ ਕਿਸੇ ਵੀ ਚੀਜ਼ ਦੀ ਵਿਜ਼ਿਬਿਲਟੀ ਨਾ ਹੋਏ ਤੇ ਇੱਕ ਮੇਕਅਪ ਆਰਟਿਸਟ ਦੀ ਰਿਸਪੌਂਸਿਬਿਲਟੀ ਦੇਖ ਲਓ ਕਿੰਨੀ ਵੱਧ ਜਾਂਦੀ ਹੈ ਕਿ ਉਹਨੂੰ ਓਵਰオール ਲੁੱਕ ਦੇਣੀ ਮੇਕਅਪ ਤੋਂ ਇਲਾਵਾ ਉਹਦੀ ਪ੍ਰੋਪਰ ਲੁੱਕ ਵੀ ਤੁਸੀਂ ਰੈਡੀ ਕਰਨਾ ਬਿਲਕੁਲ ਜੀ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਮੇਕਅਪ ਆਰਟਿਸਟ ਦੀ ਕਿੱਟ ਦੇ ਵਿੱਚ ਤੁਹਾਨੂੰ ਸੂਈ ਧਾਗਾ ਪਹਿਲੇ ਮਿਲੇਗਾ ਉਹ ਬਹੁਤ ਜ਼ਰੂਰੀ ਹੈ ਮੇਕਅਪ ਆਰਟਿਸਟ ਨੂੰ ਥ੍ਰੈਡਿੰਗ ਵੀ ਆਣੀ ਚਾਹੀਦੀ ਹੈ ਬਿਲਕੁਲ ਜੇ ਕਿਤੇ ਤੁਹਾਡਾ ਹੈਅਰ ਡ್ರೆਸਰ ਤੁਹਾਨੂੰ ਡਿਚ ਕਰ ਜਾਵੇ ਮਤਲਬ ਕਿਤੇ ਹੋ ਸਕਦਾ ਉਹ ਬਿਮਾਰ ਹੀ ਪੈ ਜਾਵੇ ਤਾਂ ਫਿਰ ਕੀ ਕਰੋਗੇ ਸੋ ਮੇਰੀ ਇਹ ਸਲਾਹ ਹੈ ਕਿ ਮੇਕਅਪ ਆਰਟਿਸਟ ਨੂੰ ਜੁੜਾ ਵੀ ਬਣਾਣਾ ਆਉਣਾ ਚਾਹੀਦਾ ਸੂਈ ਧਾਗਾ ਵੀ ਚਲਾਣਾ ਆਉਣਾ ਚਾਹੀਦਾ ਕਿਤੇ ਉਹਦੇ ਲਹਿੰਗੇ ਦੀ ਜ਼ਿੱਪ ਟੁੱਟ ਗਈ ਕੋਈ ਫੁੱਲ ਲਾਤੀ ਗਿਆ ਤੇ ਫਿਰ ਬੰਦਾ ਕਰੇਗਾ ਕੀ ਤੇ ਇੱਕ ਮੇਕਅਪ ਆਰਟਿਸਟ ਨੂੰ ਇਹ ਸਾਰੇ ਕੰਮ ਨਾਲ ਦੇ ਨਾਲ ਸਿੱਖਨੇ ਚਾਹੀਦੇ ਕਿਉਂਕਿ ਉਹਨੂੰ ਕਿਸੇ ਵੀ ਵੇਲੇ ਸਭ ਚੀਜ਼ਾਂ ਦੀ ਲੋੜ ਪੈ ਸਕਦੀ ਹੈ ਬਿਲਕੁਲ ਜੀ ਪੈਂਦੀ ਹੈ ਪੈਂਦੀ ਹੀ ਹੈ ਮੈਮ ਇਹ ਤਾਂ ਹੋ ਗਿਆ ਹੁਣ ਮੇਕਅਪ ਦੀਆਂ ਗੱਲਾਂ ਬਟ ਮੈਨੂੰ ਲੱਗਦਾ ਹੈ ਕਿ ਮੇਕਅਪ ਦੇ ਨਾਲ ਨਾਲ ਸਕਿਨ ਕੇਅਰ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ ਬਿਲਕੁਲ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ ਮੇਕਅਪ ਜਿਹੜਾ ਹੈ ਉਹ ਕੁਝ ਘੰਟਿਆਂ ਦਾ ਇੱਕ ਪ੍ਰੋਸੈਸ ਹੈ ਠੀਕ ਹੈ ਜਿਹੜਾ ਕਿ ਅਗਲੇ ਕੁਝ ਘੰਟਿਆਂ ਤੱਕ ਹੀ ਰਹਿੰਦਾ ਬਟ ਮੇਰੀ ਪਰਸਨਲੀ ਸਲਾਹ ਹੈ ਸਾਰੀ ਬਰਾਇਡਸ ਨੂੰ ਮਤਲਬ ਕਿ ਤੁਸੀਂ ਆਪਣੀ ਸਕਿਨ ਦਾ ਧਿਆਨ ਸਭ ਤੋਂ ਪਹਿਲਾਂ ਰੱਖੋ ਜੀ ਜਿਵੇਂ ਮੈਂ ਵੇਖਿਆ ਹੈ ਕਿ ਜਦੋਂ ਵਿਆਹ ਦੀ ਤਰੀਕ ਆਂਦੀ ਹੈ ਤੇ ਮਹਿੰਗੇ ਤੋਂ ਮਹਿੰਗੇ ਫੇਸ਼ੀਅਲਸ ਅਸੀਂ ਕਰਾ ਲੈਂਦੇ ਆ ਇਟ ਇਜ਼ ਲਾਈਕ ਵੀ ਤੁਸੀਂ ਇੱਕ ਦਿਨ ਚ ਕਿਲੋ ਬਦਾਮ ਖਾ ਕੇ ਸਿਹਤਾਂ ਲੈ ਲੋਗੇ ਨਹੀਂ ਹੋ ਸਕਦਾ ਆਪਾਂ ਪੰਜ ਪੰਜ ਗਿਰੀਆਂ ਰੋਜ਼ ਖਾਣੇ ਆ ਹੈਨਾ ਸੋ ਸਕਿਨ ਦੇ ਲਈ ਵੀ ਸੀਟੀਐਮ ਕਲੀਨ ਟੋਨ ਮੋਇਸਚਰਾਈਜ਼ ਆਪਣੀ ਸਕਿਨ ਦੇ ਸਾਬ ਨਾਲ ਕਰੋ ਸਨਸਕ੍ਰੀਨ ਇਜ਼ ਵੈਰੀ ਵੈਰੀ ਇੰਪੋਰਟੈਂਟ ਅੱਛਾ ਉਹਦੇ ਚ ਵੀ ਕੁਐਸਚਨ ਹੈ ਹੁੰਦਾ ਵੀ ਆਪਾਂ ਦੇ ਬਾਹਰ ਜਾਂਦੇ ਹੀ ਨਹੀਂ ਸਨਸਕ੍ਰੀਨ ਜ਼ਰੂਰੀ ਹੈ ਕਿਉਂ ਸੂਰਜ ਦੀ ਰੋਸ਼ਨੀ ਤੇ ਸਾਡੇ ਕਾਰ ਵੀ ਪਹੁੰਚਦੀ ਹੈ ਸੋ ਜੇ ਤੁਸੀਂ ਕਲੀਨਸ ਤੂੰ ਮoiisturize sunscreen routine ਨਾਲ ਕਰੋਗੇ ਨਾ ਤੇ ਤੁਹਾਡੀ ਸਕਿਨ ਵੈਸੀ ਗਲੋ ਕਰੇਗੀ ਨਹੀਂ ਵਾਕ ਤੇ ਜਾ ਸਕਦੇ ਬਟ ਸਵਰ ਦੀ ਪਹਿਲੀ 10 ਮਿੰਟ ਦੀ ਹਵਾ ਲੰਬੇ ਸਾਹ ਲਓ ਤੁਸੀਂ ਖੁਦ ਦੇਖੋਗੇ ਤੁਹਾਡੀ ਸਕਿਨ ਤੇ ਗਲੋ ਆ ਜਾਏਗਾ ਜੀ ਮੈਨੂੰ ਆਪਾਂ ਮੇਕਅਪ ਪ੍ਰੋਫੈਸ਼ਨਲੀ ਕਰਤਾ ਅਗਲੇ ਦਿਨ ਤੁਸੀਂ ਅੱਛੇ-ਅੱਛੇ ਆਊਟਫਿਟਸ ਪਾਣੇ ਆ ਯੂ نو ਤੁਸੀਂ ਕਮਨ ਫਿਰਨ ਜਾਣਾ ਕਿ ਅਸੀਂ ਰੋਜ਼ ਮੇਕਅਪ ਨਹੀਂ ਕਰ ਸਕਦੇ ਇਸ ਲਈ ਸਾਨੂੰ ਆਪਣੀ ਜੋ ਸਕਿਨ ਕੇਅਰ ਰੂਟੀਨ ਹੈ ਉਹ ਜ਼ਰੂਰ ਰੱਖਣੀ ਚਾਹੀਦੀ ਹੈ ਬਿਲਕੁਲ ਸਕਿਨ ਕੇਅਰ ਰੂਟੀਨ ਰੱਖਣੀ ਹੀ ਚਾਹੀਦੀ ਹੈ ਬ੍ਰਾਈਡਲੀ ਨਹੀਂ ਮੈਂ ਹਰ ਇੱਕ ਲੜਕੀ ਲਈ ਕਹਿ ਰਹੀ ਹਾਂ ਹਰ ਇੱਕ ਔਰਤ ਲਈ ਕਹਿ ਰਹੀ ਹਾਂ ਵਾਈ ਕਿਉਂਕਿ ਜੇ ਤੁਸੀਂ ਸ਼ੁਰੂ ਤੋਂ ਆਪਣੀ ਸਕਿਨ ਕੇਅਰ ਰੱਖਦੇ ਹੋ ਤੇ ਡਿਲੇ ਆਫ ਰਿੰਕਲਸ ਜੀ ਆਂਦੇ ਨਹੀਂ ਮਤਲਬ ਜਿਹੜੇ 30 ਸਾਲਾਂ ਚਾਣੇ ਉਹ 40ਆਂ ਚਾਂਗੇ ਆਣਗੇ ਤੇ ਜ਼ਰੂਰ ਬਟ ਡਿਲੇ ਹੋ ਜਾਂਦਾ ਹੈ ਪਲੱਸ ਮੈਨੂੰ ਲੱਗਦਾ ਹਰ ਬ੍ਰਾਈਡ ਨੂੰ ਛੋਟਾ ਜਿਹਾ 2-4 ਦਿਨਾਂ ਦਾ ਨਾ ਪਰਸਨਲ ਗਰੂਮਿੰਗ ਕੋਰਸ ਕਰ ਲੈਣਾ ਚਾਹੀਦਾ ਜੀ ਤਾਂ ਕਿ ਉਹ ਅੱਗੇ ਵੀ ਆਪਣੀ ਸਕਿਨ ਯਾ ਤਾਂ ਕਿ چھوٹے ਮोटे ਵਿਆਹ ਚ ਜਾਣਾ ਹੈ ਤੁਸੀਂ ਪਾਰਟੀ ਤੇ ਜਾ ਰਹੇ ਹੋ ਡਿਨਰ ਤੇ ਜਾ ਰਹੇ ਹੋ ਯੂ ਵਾਂਟ ਟੂ ਲੁੱਕ ਬਿਊਟੀਫੁਲ ਹਰ ਬ੍ਰਾਈਡ ਬਿਊਟੀਫੁਲ ਹੁੰਦੀ ਆ ਬਟ ਯੂ نو ਆਪਣੀ ਡ्रेसेस ਦੇ ਹਿਸਾਬ ਨਾਲ ਤੁਸੀਂ ਤਿਆਰ ਹੋ ਸਕਦੇ ਹੋ 2-4 ਦਿਨ ਦਾ ਛੋਟਾ ਕੋਰਸ ਜ਼ਰੂਰ ਕਰੋ ਜੀ ਤੇ ਮੈਮ ਤੁਹਾਡੀ ਕੀ ਰੁਟੀਨ ਹੈ ਸਕਿਨ ਕੇਅਰ ਦੀ ਅ ਬੇਖੋ ਜੀ ਮੈਂ ਮੇਰੀ ਜੇ ਓਨੈਸਟਲੀ ਪੁੱਛੋ ਤੇ ਮੈਂ ਫੇਸ ਵਾਸ਼ ਵਾਲਾ ਬੰਦਾ ਨਹੀਂ ਆ ਮੈਂ ਇਨੇ ਸਾਲਾਂ ਤੋਂ ਨਾਰੀਅਲ ਦਾ ਤੇਲ ਲਾਨੀ ਆ ਰੋਜ਼ ਰਾਤੀ ਸੌਣ ਲੱਗਿਆਂ ਅੱਛੀ ਤਰ੍ਹਾਂ ਮ사ਜ ਕਰਕੇ ਸਕਿਨ ਨੂੰ ਕਲੀਨ ਕਰਕੇ ਸੌਣੀ ਆ ਕਿਤੇ ਵੀ ਮੈਂ ਹੋਵਾਂ ਕਿਤੋਂ ਵੀ ਮੈਂ ਆਵਾਂ ਥੱਕੀ ਹੋਵਾਂ ਜੋ ਮਰਜ਼ੀ ਐ ਬਟ ਆਈ ਆਲਵੇਜ਼ ਕਲੀਨਸ ਮਾਈ ਸਕਿਨ ਮੇਰੇ ਤੁਸੀਂ ਸਾਨੂੰ ਬਹੁਤ ਵੱਡੀ ਕ੍ਰਾਸ ਦੀ ਗੱਲ ਦੱਸ ਦਿੱਤੀ ਆ ਹੁਣ ਤੋਂ ਮੈਂ ਵੀ ਇਹ ਅਪਲਾਈ ਕਰੂੰਗੀ ਕਿ ਮੈਂ ਆਪਣੇ ਸਕਿਨ ਕੇਅਰ ਰੂਟੀਨ ਵਿੱਚ ਇੱਕ ਕੋਕੋਨਟ ਆਇਲ ਜ਼ਰੂਰ ਐਡ ਕਰਾਂ ਤਾਂ ਕਿ ਮੇਰੀ ਵੀ ਸਕਿਨ ਜੋ ਹੈ ਅੱਛੀ ਦਿਖ ਸਕੇ हां जी बिल्कुल लेकिन फिर क्वेश्चन आ गया वैरी करदा ना स्किन टू स्किन जी ਤੁਸੀਂ ਮੇਰੀ ਰੂਟੀਨ ਪੁੱਛੀ ਮੈਂ ਤੁਹਾਨੂੰ ਦੱਸੀ ਕਿ ਆਈ ऍम नॉट ਅ ਫੇਸ਼ੀਅਲ ਬੰਦਾ ਬਟ ਯੈਸ ਆਈ ਲਵ ਟੂ ਡੂ ਫੇਸ ਮ사ਜ ਜੀ 어 ਮੈਂ ਆਪਣੀ ਕਿਚਨ ਦੇ ਵਿੱਚੋਂ ਕੁਝ ਵੀ ਕੱਢ ਕੇ ਲਾ ਲੰਨੀ ਆਈ ਲਵ ਟੂ ਵੇਅਰ ਅ ਪੈਕ ਆਫ ਕਰਡ ਵਿਦ ਹਨੀ ਬਟ ਹਰ ਕਿਸੇ ਨੂੰ ਨਹੀਂ ਸੂਟ ਕਰਦਾ ਸੋ ਸਾਲ ਚਿਕਤ ਦੀ ਵਾਰੀ ਅੱਛੇ ਡਰਮਟੋਲੋਜਿਸਟ ਕੋਲ ਜਾਓ ਉਹਦੇ ਨਾਲ ਕੰਸਲਟੇਸ਼ਨ ਫੀਸ ਦਿਓ ਉਹਨੂੰ ਪੁੱਛੋ ਕਿ ਬਈ ਮੇਰੀ ਸਕਿਨ ਕਿਸ ਤਰ੍ਹਾਂ ਦੀ ਹੈ ਮੇਰੇ ਐਪਰੋਜ਼ ਤੇ ਕੌਨਸੀਕਵੈਂਸਸ ਆ ਰਹੇ ਨੇ ਮੈਂ ਪ੍ਰੋਡਕਟ ਕੀ ਯੂਜ਼ ਕਰਾਂ ਮੇਰੇ ਖਿਲ 3 400 500 ਹਾਰਡਲੀ ਫੀਸ ਹੋਏਗੀ ਕੋਈ ਵੀ ਤੁਹਾਨੂੰ ਬਿਠਾ ਨਹੀਂ ਲਏਗਾ ਕੋਈ ਵੀ ਤੁਹਾਨੂੰ ਹਜ਼ਾਰਾਂ ਦੇ ਪ੍ਰੋਡਕਟਸ ਨਹੀਂ ਦੇਵੇਗਾ ਬਟ ਡਰਮਟੋਲੋਜਿਸਟ ਕੋਲ ਜਾਓ ਸਾਲ ਚ ਇੱਕ ਵਾਰੀ ਜਾ ਕੇ ਆਪਣੀ ਪੂਰੀ ਸਕਿਨ ਦੀ ਨੋਲੇਜ ਲੈ ਕੇ ਆਓ ਤੇ ਮੈਮ ਤੁਸੀਂ ਕੋਈ ਸਕਿਨ ਕੇਅਰ ਪ੍ਰੋਡਕਟਸ ਰეკਮੈਂਡ ਕਰਨਾ ਚਾਹੁੰਦੇ ਹੋ देयर ਆਰ ਲੋਟ ਆਫ ਸਕਿਨ ਕੇਅਰ ਪ੍ਰੋਡਕਟਸ ਬਟ ਫਿਰ ਐਸਟਰਾ ਹੈ ਨਾ ਜਿਵੇਂ ਮੈਂ ਉਹਨ ਤੇ ਮੈਂ ਦੱਸ ਦਾਂਗੀ ਬਟ ਵੇਰੀ ਕਰਦਾ ਸਕਿਨ ਟੂ ਸਕਿਨ ਉਹਦੇ ਲਈ ਹੈ ਕਿ ਮੇਰਾ ਇੰਸਟਾਗ੍ਰam ਹੈ ਜੀ एवरीवन कैन ਕੁਐਸਚਨ ਮੀ ਮੇਰੇ ਕੋਲ ਡੀਐਮ ਕਰੋ ਆਪਣੀ ਸਕਿਨ ਟਾਈਪ ਦੱਸੋ ਐਂਡ ਵੀ ਵਿਲ ਰਿਕਮੈਂਡ ਯੂ ਤੇ ਮੈਮ ਜਿਵੇਂ ਇੰਟਰਨੈਸ਼ਨਲ ਬ੍ਰਾਂਡਸ ਹੈ ਤੇ ਡੋਮੈਸਟਿਕ ਬ੍ਰਾਂਡਸ ਹੈ ਇਹਨਾਂ ਵਿੱਚ ਤੁਸੀਂ ਕਿਸ ਨੂੰ ਪ੍ਰੇਫਰ ਕਰਦੇ ਹੋ ਵੇਖੋ ਜੇ ਤੁਸੀਂ ਮੇਕ देयर आर ਟੂ ਕੈਟਗਰੀਜ਼ ਆਪਾਂ ਜੇ ਮੇਕਅਪ ਨੂੰ ਲਈਏ ਤੇ ਆਬਵੀਅਸਲੀ ਮੈਂ ਇੰਟਰਨੈਸ਼ਨਲ ਬ੍ਰਾਂਡਸ ਨੂੰ ਹੀ ਰਿਕਮੈਂਡ ਕਰਦੀ ਆਂ ਪ੍ਰੋਫੈਸ਼ਨਲ ਮੇਕਅਪ ਲੋ ਬਟ ਜੇ ਆਪਾਂ ਸਕਿਨ ਕੇਅਰ ਲਈਏ ਤੇ ਮੈਨੂੰ ਲੱਗਦਾ ਕਿ ਕਿਉਂਕਿ ਸਾਡੀ ਜਿਹੜੀ ਏਸ਼ੀਅਨ ਦੀ ਸਕਿਨ ਹੈ ਇੰਡੀਅਨ ਸਕਿਨ ਹੈ ਉਹਦੇ ਲਈ ਸਾਨੂੰ ਡੋਮੈਸਟਿਕ ਚ ਹੀ ਜਾਣਾ ਚਾਹੀਦਾ ਜੀ ਤੇ ਜਿਵੇਂ ਮੈਮ ਹੁਣ ਅੱਜਕੱਲ ਪ੍ਰੋਡਕਟਸ ਆ ਰਹੇ ਆ ਕਿ ਇੱਕ ਹੁੰਦੇ ਹੈ ਹੋਮ ਰੈਮਡੀਜ਼ ਹੈ ਨਾ ਉਪਟਨ ਵਗੈਰਾ ਜਿਵੇਂ ਜਿੰਨਾਕ ਮੈਂ ਦੇਖਿਆ ਤੇ ਉਹ ਸਾਨੂੰ ਡੋਮੈਸਟਿਕ ਬ੍ਰਾਂਡਸ ਆ ਉਹ ਵੀ ਉਹੀ ਚੀਜ਼ ਪ੍ਰੋਵਾਈਡ ਕਰ ਰਿਹਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਐਕਚੁਅਲ ਜੋ ਚੀਜ਼ ਹੈ ਉਹ ਕਿਾ ਸਾਨੂੰ ਪ੍ਰੋਡਕਟਸ ਬਣਾ ਕੇ ਦਿੰਦੇ ਆ ਉਹ ਵੀ ਮਿਕਸਚਰ ਹੋਏਗਾ ਕਿ ਉਹਦਾ ਇੰਨਾ ਬੈਨੀਫਿਟ ਸਾਡੀ ਸਕਿਨ ਨੂੰ ਹੋਏਗਾ ਕਿ ਨਹੀਂ ਹੋਏਗਾ ਦੇਖੋ ਓਨੈਸਟਲੀ ਜੇ ਤੁਸੀਂ ਟੀਨੇਜਸ ਚ ਹੋ ਹਾਂਜੀ ਮੈਂ ਤੁਹਾਨੂੰ ਫਿਰ ਪਹਿਲੇ ਇਹੀ ਗੱਲ ਕਹਿ ਰਹੀਆਂ ਕਿ ਇੱਕ ਵਾਰੀ ਸਕਿਨ ਤੁਹਾਨੂੰ ਖੁਦ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਮੇਰੀ ਡਰਾਈ ਹੈ ਮੇਰੀ ਕੰਬੀਨੇਸ਼ਨ ਹੈ ਜਾਂ ਮੇਰੀ ਆਇਲੀ ਹੈ ਜੇ ਤੁਸੀਂ ਟੀਨੇਜਸ ਤੇ ਹੋ ਤੇ ਫਿਰ ਮੈਨੂੰ ਲੱਗਦਾ ਤੁਸੀਂ ਸਿਰਫ ਆਪਣੀ ਕਿਚਨ ਦੇ ਵਿੱਚੋਂ ਫਰੂਟਸ ਯੂ نو ਕर्ड ਮਿਲਕ ਇੰਨਾ ਚੀਜ਼ਾਂ ਨੂੰ ਐਲੋਵੇਰਾ ਜੈਲ ਜਿਹੜੀ ਸਾਡੇ ਗਾਰਡਨ ਚ ਲੱਗੀ ਹੁੰਦੀ ਹੈ ਉਹਨੂੰ ਯੂਜ਼ ਕਰੋ ਬਟ ਜਦੋਂ ਤੁਸੀਂ 35 40 ਕ੍ਰਾਸ ਕਰ ਜਾਂਦੇ ਹੋ ਔਰ ਤੁਸੀਂ ਪਿੱਛੇ ਆਪਣਾ ਧਿਆਨ ਨਹੀਂ ਰੱਖਿਆ ਫਿਰ ਤੁਹਾਨੂੰ ਡਰਮਟੋਲੋਜਿਸਟ ਕੋਲ ਜਾਣਾ ਚਾਹੀਦਾ ਉਹ ਤੁਹਾਨੂੰ ਇੰਟਰਨੈਸ਼ਨਲ ਪ੍ਰੋਡਕਟਸ ਨਾਲ ਰਿਕਮੈਂਡੇਸ਼ਨਸ ਦਿੰਦੇ ਨੇ ਜਿਵੇਂ ਮੈਮ ਹੁਣ ਅਸੀਂ ਸਕਿਨ ਕੇਅਰ ਦੀ ਗੱਲ ਕਰ ਰਹੇ ਹਾਂ ਤੇ ਤੁਹਾਨੂੰ ਕੀ ਲੱਗਦਾ ਕਿ ਸਕਿਨ ਕੇਅਰ ਤਾਂ ਹੀ ਇਫੈਕਟ ਕਰੇਗੀ ਕਿ ਅਗਰ ਅਸੀਂ ਆਪਣੀ ਡਾਈਟ ਨੂੰ ਵੀ ਕੰਟਰੋਲ ਰੱਖਾਂਗੇ ਡਾਈਟ ਦਾ ਇੱਕ ਮੇਜਰ ਰੋਲ ਹੈ ਜੀ ਤੁਸੀਂ ਵੇਖਿਆ ਹੋਏਗਾ ਕਈ ਲੋਕਾਂ ਨੂੰ ਨਟਸ ਸੂਟ ਨਹੀਂ ਕਰਦੇ ਉਹ ਨਟਸ ਖਾਂਦੇ ਨੇ ਤੇ ਉਹਨਾਂ ਦੇ ਪਿੱਛੇ ਜਾਂਦੇ ਆ ਜਾਂ ਪਿੰਪਲਸ ਇਕਨੇ ਵੱਲੇ ਉਹ ਜਾਂਦੇ ਆ ਡਾਈਟ ਹੈਜ਼ ਅ ਮੇਜਰ ਰੋਲ ਜਦ ਤੱਕ ਤੁਹਾਨੂੰ ਤੁਹਾਡਾ ਇਹ ਨਹੀਂ ਪਤਾ ਆਈ ਏਮ ਸ਼ੋਰ ਤੁਸੀਂ ਸੁਣਿਆ ਹੋਏਗਾ ਵਾਤ ਕਫ ਪਿੱਤ ਹੈਨਾ ਉਹ ਟੈਂਡੈਂਸੀ ਤੁਹਾਨੂੰ ਨਹੀਂ ਪਤਾ ਤੁਸੀਂ ਕੁਝ ਖਾ ਉਲਟੀ ਟੈਂਡੈਂਸੀ ਦਾ ਰਹਿਓ ਤੇ ਫਿਰ ਸਕਿਨ ਤੇ ਬ੍ਰੇਕਆਉਟਸ ਆਨੇ ਹੀ ਆਨੇ ਆ ਸੋ ਮੇਜਰ ਰੋਲ ਹੈ ਜੀ ਡਾਈਟ ਦਾ 메జర్ ਰੋਲ ਹੈ ਜਿੰਨਾ ਜ਼ਿਆਦਾ ਪਾਣੀ ਪੀਓਗੇ ਤੁਹਾਡੀ ਸਕਿਨ ਕਲੀਅਰ ਹੋਏਗੀ ਤੇ ਸਕਿਨ ਕੇਅਰ ਤਾਂ ਹੀ ਸਾਡੀ ਇਫੈਕਟ ਕਰੇਗੀ ਅਗਰ ਅਸੀਂ ਆਪਣੀ ਇੱਕ ਗੁੱਡ ਡਾਈਟ ਰੱਖਾਂਗੇ ਬਿਲਕੁਲ ਇਹ ਇੱਕ ਪੈਕੇਜ ਹੈ ਸਕਿਨ ਕੇਅਰ ਕੀ ਹੈ ਇੱਕ ਪੈਕੇਜ ਜੇ ਤੁਸੀਂ ਕਈ ਵਾਰੀ ਤੁਸੀਂ ਵੇਖਿਆ ਹੋਏਗਾ ਤੁਸੀਂ ਕਹੋਗੇ ਯਾਰ ਇੰਨੀ ਏਜ ਚ ਵੀ ਇਹਨਾਂ ਦੇ ਕੋਈ ਰਿੰਕਲਸ ਨਹੀਂ ਆ ਹਾਂਜੀ ਬੜੇ ਗਾਰਜੀਅਸ ਲੱਗਦੇ ਨੇ ਉਹਨਾਂ ਨੇ ਨਾ ਟਾਈਮ ਦਿੱਤਾ ਹੁੰਦਾ ਡਿਸਟਾਈਮ ਮਤਲਬ ਇਹ ਹੈ ਨਹੀਂ ਕਿ 24 ਘੰਟੇ ਜਾਂ 4 ਘੰਟੇ ਉਸ ਸ਼ੀਸ਼ੇ ਸਾਹਮਣੇ ਰਹਿੰਦੇ ਹਨ ਉਹ ਡਿਸਪਲਨ ਜੀ 12 ਉਹ ਆਏ ਨੇ ਆ ਕੇ ਹੈਂਡ ਵਾਸ਼ ਹੈਂਡ ਵਾਸ਼ ਤੋਂ ਬਾਅਦ ਫੇਸ ਵਾਸ਼ ਫਿਰ ਕੋਈ ਦੂਜਾ ਕੰਮ ਫਿਰ ਨਾਈਟ ਰੂਟੀਨ ਸਵੇਰੇ ਉੱਠਦੇ ਆ ਜਸਟ 5 ਮਿੰਟਸ ਰਾਤੀ ਤੇ 5 ਮਿੰਟਸ ਸਵੇਰੇ ਸੋ ਆਈ ਥਿੰਕ ਇੰਨਾ ਟਾਈਮਸ ਨੂੰ ਆਪਣੇ ਆਪ ਲਈ ਤਾਂ ਦੇਣਾ ਹੀ ਚਾਹੀਦਾ ਹੈ ਨਾ ਤੇ ਮੈਮ ਹੁਣ ਅਸੀਂ ਮੇਕਅਪ ਦੀਆਂ ਤਾਂ ਬਹੁਤ ਗੱਲਾਂ ਕਰ ਲੀਆਂ ਤੇ ਤੁਸੀਂ ਐਜ਼ ਅ ਸੀਨੀਅਰ ਮੇਕਅਪ ਆਰਟਿਸਟ ਕਿਉਂਕਿ ਤੁਹਾਨੂੰ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਤੇ ਤੁਸੀਂ ਸਾਡੀ ਆਉਣ ਵਾਲੇ ਜਾਂ ਅਪਕਮਿੰਗ ਜਿਹੜੇ ਮੇਕਅਪ ਆਰਟਿਸਟ ਹੈ ਤੁਸੀਂ ਉਹਨਾਂ ਨੂੰ ਕੀ ਐਡਵਾਈਸ ਦੇਣਾ ਚਾਹੁੰਦੇ ਹੋ ਮੇਰਾ ਜਿਹੜਾ ਪਰਸਨਲ ਇੱਕ ਐਡਵਾਈਸ ਕਹਿ ਲਓ ਜਾਂ ਸੁਜੈਸ਼ਨ ਕਹਿ ਲਓ ਸਾਰੇ ਜਿਹੜੇ ਅਪਕਮਿੰਗ ਆਰਟਿਸਟ ਨੇ ਹਾਂਜੀ ਅੱਛੀ ਅਕੈਡਮੀ ਤੋਂ ਸਿੱਖੋ ਫੋਕਸ ਕਰੋ ਕਿ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ ਮੇਕਅਪ ਦੇ ਵਿੱਚ ਤੁਸੀਂ ਡਰਾਮੈਟਿਕ ਮੇਕਅਪ 'ਚ ਜਾਣਾ ਚਾਹ ਰਹੇ ਹੋ ਕਿ ਕਮਰਸ਼ੀਅਲਸ 'ਚ ਜਾਣਾ ਚਾਹ ਰਹੇ ਹੋ ਕਿ ਬ੍ਰਾਈਡ 'ਚ ਜਾਣਾ ਚਾਹ ਰਹੇ ਹੋ ਪਹਿਲੇ ਇਹ ਫੋਕਸ ਕਰ ਲਓ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰੋ ਆਪਣੇ ਐਕਸਪੀਰੀਅੰਸ ਨੂੰ ਗੇਨ ਕਰੋ ਮੋਰ ਆਫ ਬ੍ਰਾਈਡਸ ਕਰੋ ਮੰਨ ਲਓ ਤੁਸੀਂ ਸਟਾਰਟ ਹੀ ਕੀਤਾ ਹਲੇ ਨਹੀਂ ਬ੍ਰਾਈਡਸ ਮਿਲ ਰਹੀਆਂ ਰੋਜ਼ ਦਾ ਇੱਕ ਮੇਕਅਪ ਤੁਸੀਂ ਕਰਨਾ ਹੀ ਕਰਨਾ ਜੀ ਕਿਸੇ ਤੇ ਵੀ ਕਰੋ ਆਪਣੀ 24 ਘੰਟੇ ਅਜ ਜਦੋਂ ਤੁਸੀਂ ਲਰਨਿੰਗ 'ਚੋ ਗੈਪ ਨਾ ਆਂਦਿਓ ਅੱਛੇ ਪ੍ਰੋਡਕਟਸ ਨਾਲ ਕੰਮ ਸਟਾਰਟ ਕਰੋ ਕਦੇ ਇਹ ਨਾ ਸੋਚੋ ਕਿ ਮੈਂ ਇਨਵੈਸਟ ਕਰਾਂਗਾ ਜਾਂ ਕਰਾਂਗੀ ਜਦੋਂ ਮੈਂ ਮੇਕਅਪ ਕਰਾਂਗੀ ਜਦੋਂ ਮੈਨੂੰ ਕਮਾਈ ਹੋਏਗੀ ਨੋ ਜੀ ਸ਼ੁਰੂ ਤੋਂ ਹੀ ਅੱਛਾ ਪ੍ਰੋਡਕਟ ਲਓ ਕਿਉਂਕਿ ਉਹਦੇ ਨਾਲ ਹੀ ਪ੍ਰੈਕਟਿਸ ਕਰੋਗੇ ਔਰ ਉਹਦੇ ਨਾਲ ਹੀ ਫਿਰ ਤੁਹਾਡੀ ਪ੍ਰੈਕਟਿਸ ਜਿਹੜੀ ਤੁਹਾਨੂੰ ਅੰਜਾਮ ਤੱਕ ਪਹੁੰਚਾਏਗੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਨੂੰ ਵੀ ਵੇਖੋ ਜੀ ਆਪਣਾ ਸੋਸ਼ਲ ਮੀਡੀਆ ਕਿਵੇਂ ਤੁਸੀਂ ਕਰਨਾ ਛੋਟੇ ਛੋਟੇ ਕੋਰਸਸ ਕਰੋ ਪਰ ਹੇਅਰ ਤੁਹਾਨੂੰ ਜ਼ਰੂਰ ਆਨੇ ਚਾਹੀਦੇ ਆ ਜੀ ਤੇ ਮੈਮ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਥੈਂਕ ਯੂ ਮੈਮ ਬਹੁਤ-ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਇਸ ਦੇ ਨਾਲ ਹੀ ਅਸੀਂ ਅੱਜ ਦਾ ਐਪੀਸੋਡ ਇੱਥੇ ਹੀ ਖਤਮ ਕਰਦੇ ਆਂ ਆਈ ਹੋਪ ਤੁਹਾਨੂੰ ਸਾਡਾ ਇਹ ਐਪੀਸੋਡ ਅੱਛਾ ਲੱਗਿਆ ਹੋਵੇਗਾ ਤੇ ਅਗਰ ਤੁਸੀਂ ਹੋਰ ਵੀ ਐਪੀਸੋਡ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਲਾਊਡ ਬੀਟਸ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਸਰਸ਼ੀਆ ਕਾਲ